कुछ नहीं हुआ ताया जी, क्यों नहीं हुआ पता की गल, मेरा बखिया चार दिया मेरी गल सुन, आज मैं सारी पकड़ कर ली। साइंस ये कहती है कि भी इहदियां अंतड़ियां कसियां गई, रेहड़ी दे विच अंतड़ियां कसियां गई तेरिया, कुछ नहीं होंदा। तुसी थोड़ियां जिहा हल्कियां चीजा खवाउने सोनू, दलिया खिचड़ी ठीक, इन्ना क पदीना ठंडा हुंदा पदीना। तेरा कोई बहर है मेरे नाल? क्यों ना कोई बहर है? की हो गया? ਪਹਿਲਾ ਮਰ ਜਾਂਦਾ ਸਕੂਟੀ ਤੇ ਲੈ ਜਾਂਦਾ, ਉਹ ਲਿਆਇਆ ਲੋਹੇ ਦੀ ਤੇ ਸਾਰੇ ਰਾਹ ਮੇਰਾ ਸੜਾ ਭੜਕਾਉਂਦਾ ਗਿਆ। ਉਹ ਫਿਰ ਐ ਸੱਟ ਲੱਤ ਤੇ ਉਹ ਹੁੰਦਾ, ਇਨਫੈਕਸ਼ਨ ਪੈ ਜਾਂਦੀ ਤੇਰੀ ਲੱਤ 'ਚ ਬਹਿ ਕੇ ਹੁੰਦਾ, ਚੰਗਾ ਭਲਾ ਬਹਿ ਕੇ ਜਾਂਦਾ ਸਾਈਡ ਤੇ ਲਮਕਾ ਲਾਉਂਦਾ ਤੇ ਸਾਰੀ ਲੱਤ ਹਲਾਤੀ ਦੁਬਾਰੋ ਮਸਾ ਠੀਕ ਹੋਈ ਸੀ। ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਇਹਦੇ ਵਿੱਚ ਨਾ ਤੁਹਾਡਾ ਗਲੋਬੀਐਂਸਨ ਬਣ ਜਾਂਦਾ, ਜਦੋਂ ਇਹ ਨਾੜੀ ਇੱਥੋਂ ਹੁੰਦੀ ਹੈਗੀ ਸੋਜ ਆ ਜਾਂਦੀ ਹੈ ਬੁੜਕਣ ਨਾਲ। ਇਹਦਾ ਪਤਾ ਨਹੀਂ ਕੀ, ਤੁਸੀਂ ਇੱਦਾਂ ਬੁੜਕਿਓ ਨਾ, ਮੈਨੂੰ ਪਤਾ ਹੈਗਾ ਸਾਇੰਸ ਕਹਿੰਦੀ ਆ। ਤੁਸੀਂ ਇੱਕ ਮਿੰਟ ਰੁਕ ਜਾਓ ਬਸ, ਮੈਂ ਨਾ ਹੁਣ ਉਹਦੇ ਨਾਲ ਵਾਟਰ ਨਾਲ ਥੋੜ੍ਹੇ ਜਿਹੇ ਹਾਊਟ ਵਾਟਰ ਨਾਲ ਰੋਲਿੰਗ ਕਰ ਦੂੰਗਾ, ਉਹਦੇ ਨਾਲ ਸੈਟਿੰਗ ਹੋ ਜਾਏ। ਹਲੋ ਜਾਈ ਤਾਇਆ ਜੀ, ਠੀਕ ਹੈ ਹੁਣ ਤੁਸੀਂ? ਠੀਕ ਨੇ ਤਾਇਆ ਜੀ, ਤਾਂ ਬਿਲਕੁਲ ਠੀਕ ਨੇ, ਕੋਈ ਚੱਕਰ ਨਹੀਂ ਜਸਨੀਤ ਆ। ਬੈ ਜੀ ਪੈਨਸ਼ਨ ਲਿਆਏ? ਪੈਰ ਕਾ ਸੇੜਦੀ ਆ ਭਈਆ, ਪੈਨਸ਼ਨ ਦਾ ਤਾਂ ਮਾਰਿਆ ਤੀ ਲਿਆਇਆ ਪੈਨਸ਼ਨ। ਐ ਰੋਲਿੰਗ ਕਰ ਲਓ ਜੀ, ਜਿਵੇਂ ਆਪਾਂ ਬੇਲਣਾ ਰੋਟੀ ਉਹ ਬਣਾ ਰਹੇ ਹਾਂ ਕਿ ਚਪਾਤੀ। ਮੈਂ ਆਪੇ ਕਰ ਲਾਂ। ਨਾ ਨਾ ਮੈਂ ਕਰਦਾ, ਕੋਈ ਨਾ ਜੀ ਕੋਈ ਨਾ। ਤਾਇਆ ਜੀ ਪੈਸੇ ਮੈਨੂੰ ਦੇ ਦਿਓ, ਲੈ ਮੈਂ ਅਲਮਾਰੀ 'ਚ ਰੱਖ ਦਾਂ। ਹਾਂ ਹਾਂ ਟੈਂਕ ਕੀ ਲੱਗਦੀਆਂ ਤੂੰ ਪੈਸਿਆਂ ਦੀ ਭਈ, ਤੈਨੂੰ ਦੇਦਾ ਪੈਸੇ। ਲੈ ਤਾਇਆ ਜੀ, ਜੇ ਜੇਬ 'ਚ ਹੁੰਦੇ ਆ ਜ਼ਿਆਦਾ ਖਰਚੇ ਜਾਂਦੇ ਆ। ਖੜ ਜਾ ਮੜਾ ਆ, ਜੇ ਭਾਈ ਮੈਂ ਜ਼ਿਆਦਾ ਖਰਚਣ ਵਾਲਾ ਹੁੰਦਾ ਇੱਥੇ ਤੱਕ ਨਾ ਆਉਂਦੇ, ਆ ਜਿਹੜਾ ਕੁਝ ਬਣਿਆ ਤੁਹਾਡਾ ਮੈਂ ਨਹੀਂ ਬਣਾਇਆ। ਤਾਇਆ ਜੀ ਮੈਂ ਤਾਂ ਤੁਹਾਡੇ ਭਲੇ ਦੀ ਗੱਲ ਕਰ ਰਹੀ ਹਾਂ। ਕੋਈ ਨਾ ਭਾਈ, ਮੈਂ ਆਪ ਦਾ ਭਲਾ ਆਪ ਕਰ ਲੂੰ, ਮੈਨੂੰ ਪਤਾ ਮੇਰਾ ਕੀ ਚੰਗਾ ਕੀ ਮਾੜਾ, ਨਿਆਣਾ ਨਹੀਂ ਹੈਗਾ ਮੈਂ। ਉਹ ਤਾਂ ਕਿਤੇ ਗੇਰ ਤੋਂ ਜਾਂਦੇ ਆ, ਜਵਾਖ ਮੈਨੀ ਆਹੋ ਜਵਾਖ ਆ, ਮੈਂ ਗੇਰ ਦੂੰਗਾ। ਚਲ ਠੀਕ ਆ ਤਾਇਆ ਜੀ, ਤੁਹਾਡੀ ਮਰਜ਼ੀ ਆ। ਮੈਂ ਇਹ ਕਹਿਣਾਗਾ ਤਾਇਆ ਜੀ, ਹਾਂ ਵੀ ਪੈਸੇ ਤੁਸੀਂ ਟਰੰਕ ਜੀਤਰਾ ਲਓ। ਕੋਈ ਨਾ ਮੱਲਾ, ਮੇਰਾ ਜੇਬ ਲੱਗੀ ਹੋਈ ਆ, ਗੀਜਾ ਲੱਗਾ, ਗੀਜੇ ਤੇ ਬਦਾਮ ਲਾਇਆ, ਲਾ ਲੂੰਗਾ ਮੈਂ, ਕਿਧਰੇ ਨਹੀਂ ਗਿਰਦੇ, ਫਿਕਰ ਨਾ ਕਰ ਤੂੰ। ਪਤਾ ਕੀ ਆ, ਕਈ ਵਾਰੀ ਤੁਸੀਂ ਇਧਰ ਉਧਰ ਕਿਤੇ ਉਹ ਕਰਦੇ ਉੱਠਦੇ ਡਿੱਗ ਡੁੱਕ ਜਾਣ, ਹਨਾ ਕਿਧਰੇ ਨਹੀਂ ਡਿੱਗਦੇ, ਜਦੋਂ ਥੋੜੇ ਥਲੇ ਤਰਾ ਲੈਨੇ। ਕੋਈ ਨਾ ਮੇਰੇ ਕੋਲ ਠੀਕ ਨੇ। ਚਲ ਕੋਈ ਨਾ ਜੀ, ਛੋਡੇ ਲੈ ਬਿਠੀ ਹੌਲੀ ਮਲਣਾ। ਇਹ ਆਪਾਂ ਨੂੰ 5000 ਮਿਲਿਆ ਪੈਸਿਆਂ ਦਾ, ਹੈ 5000 ਮਿਲਿਆ ਪੈਸਿਆਂ ਦਾ। ਚਲ ਕੋਈ ਨਾ, ਜਿੰਨੇ ਮਰਜ਼ੀ ਮਿਲ ਗਏ ਯਾਰ, ਤੇ ਕੀ ਲੈਣਾ। ਆ ਦੇਖੋ ਆ ਦੇਖੋ, ਇਹਦੇ ਨਾਲ ਰੋਲਿੰਗ ਕਰ ਲੈਣਾ, ਜਦੋਂ ਇਹਦਾ ਗਲੋਬਲ ਬਣ ਜਾਂਦਾ, ਇਹਦੇ ਨਾੜੀਆਂ ਇਕੱਠੀਆਂ ਹੋ ਜਾਂਦੀਆਂ ਨੇ ਇਦਾਂ। ਇੱਥੇ ਹੀ ਹੁੰਦਾ ਕੋ? ਹਾਂ ਹਾਂ, ਇੱਥੇ ਪਿੱਤਾ ਹੁੰਦਾ ਉਰੇ। ਅੱਛਾ, ਇੱਥੇ ਪਿੱਤਾ ਹੁੰਦਾ, ਇਹ ਦਿਲ ਦਿਲ ਇੱਥੇ ਆ। ਆ ਦੇਖੋ ਆ ਦੇ, ਦੁਬਾਰੇ ਖੰਗਿਓ ਤਾਇਆ ਜੀ, ਜਦੋਂ ਤਾਇਆ ਜੀ ਦੁਬਾਰੇ ਖੰਗੋ ਮੜਾ ਜਾ। ਤਾਇਆ ਜੀ ਗੁੱਸਾ ਨਾ ਕਰਿਓ, ਆ ਦੇਖੋ ਦੁਬਾਰੇ ਖੰਗਿਓ, ਕਮਜ਼ੋਰੀ ਵਾਲੀ ਪੈ ਗਈ ਤਾਇਆ ਜੀ। ਭੋਜਨ ਲੜੀ ਦੇ ਵਿੱਚ ਤੁਹਾਡੇ ਖਤਰਾ ਚੱਲ ਰਿਹਾ, ਇਹਦੇ ਵਿੱਚ ਨਾ ਤੁਸੀਂ ਕੋਈ ਵੀ ਰੋਟੀ ਖਾਓ, ਡਰੈਗਨ ਫਰੂਟ ਹੀ ਜਲਣ ਦੇ। ਆ ਕਿਹੜੀ ਆ ਉਹ? ਇਹ ਤਾਂ ਪਾਣੀ ਪਾਇਆ ਹੋਇਆ, ਉਹ ਤਾਂ ਸੇਬਾਂ ਵਾਲੀ ਆ ਤਾਇਆ ਜੀ, ਇਹ ਵੀ ਦੇਊਂਗਾ ਤੁਹਾਨੂੰ, ਇਹ ਵੀ ਸਾਰਾ ਕੁਛ ਕਰੂੰਗਾ, ਪੂਰੀ ਸੇਵਾ ਤਾਇਆ ਜੀ, ਬਸ ਤੁਸੀਂ ਮਨੀ ਉਹ ਕਰੀ ਚੱਲੋ। ਕੋਈ ਨਾ, ਹਾਂ ਆਪਾਂ 4000 ਲਿਆਤਾ ਕਿ 5000 ਆ? 5 ਲਿਆਂਦਾ। 5000 ਕੋਈ ਗੱਲ ਨਹੀਂ ਤਾਇਆ ਜੀ, ਤੁਸੀਂ ਡਰੈਗਨ ਫਰੂਟ ਵੱਧ ਤੋਂ ਵੱਧ ਖਾਓ, ਤੁਸੀਂ ਫਰੂਟਸ ਖਾਓ, ਆਹ ਚੀਜ਼ਾਂ ਨਾ ਖਾਓ, ਤਲੀਆਂ ਹੋਈਆਂ ਚੀਜ਼ਾਂ ਨਾ ਖਾਓ ਤੁਸੀਂ ਕੁਛ ਵੀ। ਤਲੀਆਂ ਨੂੰ ਬੜੇ ਮੈਨੂੰ ਭਾਦਾ, ਬ੍ਰੈਡ ਬਣਾ ਬਣਾ ਦੇ। ਬ੍ਰੈਡ ਤਾਂ ਖਾਣੀ ਨਹੀਂ ਹੈਗੇ ਵੀ, ਬ੍ਰੈਡ ਖਾਣੇ ਨੇ ਤਾਂ ਘਰਾਟ ਤੋਂ ਲੈ ਬਣਾ ਕੇ ਕੀ ਦਿੰਦੇ ਹੋ ਭਾਈ, ਦਲੀਆ ਖਾ ਰਿਹਾ ਮੀਂਹ ਘਰ ਦੀ ਚੀਜ਼ ਖਾਣੀ ਹੋਈ ਨਹੀਂ ਹੈਗੀ। ਆ ਦੇਖ ਦੁਬਾਰੇ ਖੰਗਿਓ, ਲੈ ਆ ਤਾਂ ਜਮੀ ਖੋਖਲਾ ਹੋਇਆ ਪਿਆ ਜੀ ਦਿਲ, ਨਾ ਖੜ ਜਾ ਖੜ ਜਾ ਤਾਇਆ, ਬਾਏ ਰਾਜਾ ਜੀ ਲੱਤ ਤੇ ਤਾਇਆ। ਜਿਹੜਾ ਆਪਣੇ ਭੋਜਨ ਲੜੀ ਵਾਲਾ ਹੋਣੀ ਹੁੰਦਾ ਗੋਲ ਹੁੰਦਾ ਉਹ, ਐ ਇੱਧਰ ਹੋਇਆ ਪਿਆ ਸਾਰਾ ਉਹ। ਆ ਦੇਖੋ ਓਏ ਕਾਲ, ਤਾਇਆ ਬਾਹਲੀ ਫੈਕਸ਼ਨ ਫੈਲ ਰਹੀ ਆ ਤੇਰੇ ਤਾਂ, ਅੱਖ ਦਿਖਾਈ ਕਾਲਾ ਪੀਲੀਆ ਵੀ ਆ ਤਾਇਆ ਉਹ। ਮੈਂ ਨਹੀਂ ਕਹਿ ਰਿਹਾ ਮਾਸਟਰ ਆ ਕੇ ਡਾਕਟਰ ਆ, ਸਾਇੰਸ ਹੈ ਜਿਹੜੀ ਡਾਕਟਰਾਂ 'ਚ ਆ ਜਾਂਦੀ ਆ ਵਿੱਚ ਸਰੀਰਕ ਸਿੱਖਿਆ ਲਾ ਕੇ। ਅੱਛਾ, ਆ ਸਰੀਰਕ ਸਿੱਖਿਆ ਲਾ ਕੇ ਅੱਧਾ ਸਮਾਨ ਤੇਰੇ ਅੰਦਰ ਆ, ਕਿਉਂਕਿ ਸਰੀਰ ਦੀ ਆ ਨਾ ਸਾਰਾ ਕੁਛ। ਆਹੋ ਸਰੀਰ ਦਾ ਤਾਂ ਉਹ ਹੋਗਾ ਵੀ ਕਿੱਥੇ ਅੱਖ ਕਿੱਥੇ ਮੂੰਹ ਚੀਜ਼ਾਂ, ਸਾਇੰਸ 'ਚ ਡਾਕਟਰੀ ਆ ਗਈ ਵੀ ਸਾਇੰਸ ਕੀ ਕਹਿੰਦੀ ਆ। ਹੁਣ ਸਾਇੰਸ ਆ ਇਹ ਕਹਿੰਦੀ ਆ ਕਿ ਵੀ ਤੇਰਾ ਜਮੀ ਬੇੜਾ ਬੈਠਿਆ ਪਿਆ, ਮਤਲਬ ਕਿ ਵੀ ਉਹ ਹੋ ਰਿਹਾ ਗਾ ਤਾਇਆ, ਠੀਕ ਨਹੀਂ ਹੈਗੀ ਸਿਹਤ ਤੇਰੀ। ਚੱਲ ਐ ਕਰ, ਤੂੰ ਬਾਹਲੀਆਂ ਗੱਲਾਂ 'ਚ ਫਾਇਦਾ ਨਹੀਂ ਗਾ, ਤੂੰ ਮੈਨੂੰ ਉਹ ਆ ਜਾਣਗੇ ਚੀਕੂ ਲਿਆਉਣੇ ਹਾਂਜੀ ਹੈ ਨਾ, 100 ਰੁਪਇਆ ਦੇ, 100 ਰੁਪਇਆ ਦੇ ਚੀਕੂ ਲਿਆ ਕੇ ਦਿੰਦਾ ਤੈਨੂੰ ਘਰਾਟ ਤੋਂ। ਹਾਂ ਕਿਉਂਕਿ ਛੇਤੀ ਲੱਤ ਭਰ ਜੂਗੀ, ਨਾਲੇ ਨਾਲੇ ਜਿਹੜੀਆਂ ਇੱਥੇ ਫੈਕਸ਼ਨਾਂ ਹੋ ਰਹੀਆਂ ਨੇ ਪੇਟ 'ਚ ਉਹ ਸੈੱਟ ਹੋ ਜਾਣਗੀਆਂ। ਜਮੀ ਇਕੱਠਾ ਹੋਇਆ ਪਿਆ ਜਾਚਾ ਇੱਥੋਂ ਤੇਰਾ ਤਾਇਆ, ਮੋੜ ਦੀ 400 ਦੇਖ ਲਾ,
चाचे का भी मैं आउट कहा जाता कद कद चाचा भी कहा जाता बेचारा मर गया बबड़ा तेरा की 500 देता आहो 100 मोड़ दी मैनू ना 100 दे हो लिया दूंगा तेनू चीकू लिया दूंगा चीकू लिया दे कल्ले हजे फेर देखांगे बाद च होर भी तेनू एक लिया के दूंगा जी चाहो गोली फेर लिया दी कोई ना रास लिया दूं बाकी चीकू लिया 100 दे अड़े अड़े चीकू अरे कोई ना 400 वापस कर दी भाई मोड़ दी कोई ना मोड़ फेर मगा दूंगा जे मेनू किसी चीज दी लोड़ होई मैं तेनू दस दूं कोई ना मैं आ जाना घंटे के जा उनू कह दे जसनीत नू की कोई टेंशन ना ले तू मैं कहना तू इतनी हो जा अलर्ट हो मेरी गल उरे आ किन्नी बार कहता भाई कुर्सी जी दे गला जा कट के दे दे मैनू अज मारना थोड़ा मैं कुर्सी अज मार देना कण अज मार कोई ना मैनू उधर जाना पैंदा तुर के भाई औखा कोई ना तू आराम नाल पै जा मैं हुण आ गया चीकू लेके हां पैण दा उड़दा डूंडा फिर जाना पैंदा कोई ना इनू जाए लत्ता कड़ीसदा जाना पै जा कुर्सी ले आई कोई पुरानी धराणी आंदा होया कोई ना कोई आहो 40 50 चीकू ले आणा मैं कुर्सी भी ले आई होणा कोई ना चंगा हसीका मैडम जी ਸਤਿ ਸ਼੍ਰੀ ਅਕਾਲ ਮੈਂ ਉਵੇਂ ਨਹੀਂ ਕਹਿ ਰਹੀ ਅੱਛਾ ਮਨੋਜ ਗੁਪਤਾ ਕਿਵੇਂ ਆ ਮੈਡਮ ਬਹੁਤ ਵਧੀਆ ਪੜਾਉਂਦੇ ਨੇ ਬਸ ਵਾਟਰ ਜਿਹਾ ਬੁਣਦੇ ਰਹਿੰਦੇ ਨੇ ਮੈਂ ਨਹੀਂ ਕਹਿ ਰਹੀ ਹਾਂ ਸਿਮੂ ਮੈਂ ਤਾਂ ਇਹ ਪੁੱਛ ਰਹੀ ਹਾਂ ਵੀ ਹਾਂਜੀ ਤੇਰਾ ਸਰ ਤੇ ਮਨੋਜ ਗੁਪਤਾ ਮੈਡਮ ਇਹਨਾਂ ਦਾ ਕੋਈ ਚੱਕਰ ਚੁੱਕਰ ਤਾਂ ਨਹੀਂ ਹੈਗਾ ਕਿਵੇਂ ਜੀ ਮਤਲਬ ਇੱਕ ਦੂਜੇ ਨਾਲ ਕਿਵੇਂ ਬੋਲਦੇ ਨੇ ਇਹ ਵਧੀਆ ਬੋਲਦੇ ਨੇ ਜੀ ਮੇਰੇ ਕਹਿਣ ਦਾ ਮਤਲਬ ਨਹੀਂ ਸਿਮੂ ਹਾਂ ਮਤਲਬ ਇਹਨਾਂ 'ਚ ਕੋਈ ਗੱਲਬਾਤ ਤਾਂ ਨਹੀਂ ਹੈਗੀ ਵੀ ਮਨੋਜ ਗੁਪਤਾ ਹਰ ਇੱਕ ਕੰਮ ਇਹਨੂੰ ਤੇਰੇ ਸਰ ਨੂੰ ਕਹਿੰਦੀ ਆ ਵੀ ਕੋਈ ਨੌਕਰ ਲੱਗਿਆ ਹੋਇਆ ਉਹਦਾ ਓਹੋ ਹੁਣ ਮੈਡਮ ਜੀ ਮੈਂ ਤੁਹਾਨੂੰ ਕੀ ਦੱਸਾਂ ਜੀ ਉਹ ਸਰ ਨੂੰ ਆਪ ਦੇਖਣਾ ਚਾਹੀਦਾ ਜੀ ਤੁਸੀਂ ਤਾਂ ਇੰਨੇ ਸੋਹਣੇ ਹੋ ਗਏ ਹੈ ਨਾ ਤੁਹਾਡੀ ਉਮਰ ਵੀ ਘੱਟ ਆ ਸਰ ਜੀ ਦੇਖ ਲੋ ਕਿਹੋ ਜਿਹੇ ਨੇਗੇ ਉਹ ਵੀ ਫਿਜ਼ੀਕਲ ਵਾਲੇ ਸਰ ਸਿਫਾਰਸ਼ੀ ਭਰਤੀ ਹੋਏ ਹੋਏ ਨੇ ਨਾ ਤੇਰੇ ਕਹਿਣ ਦਾ ਕੀ ਮਤਲਬ ਆ ਮਤਲਬ ਉਹ ਤਾਂ ਮੈਡਮ ਜੀ ਦੇਖੋ ਉਹ ਤਾਂ ਬਾਲੇ ਇਕੱਠੇ ਰਹਿੰਦੇ ਨੇ ਜੀ ਇਕੱਲੀ ਇਕੱਲੀ ਗੱਲ ਸਾਰਾ ਆਪਣਾ ਹੈ ਨਾ ਉਹਨਾਂ ਦੀ ਮੰਨਦਾ ਜੀ ਸਰ ਜੀ ਨਾ ਮੈਡਮ ਨੂੰ ਕੰਨ 'ਚ ਜਾ ਕੇ ਕਹਿ ਦਿੰਦੇ ਨੇ ਵੀ ਆ ਜਾ ਕੰਪਿਊਟਰ ਲੈਬ 'ਚ ਸੋਫਟਵੇਅਰ ਦਾ ਅਪਡੇਟ ਕਰਕੇ ਲਈਏ ਅੱਛਾ ਹੋਰ ਇਹ ਤਾਂ ਮੈਚਿੰਗਾਂ ਕਰਕੇ ਆਉਂਦੇ ਨੇ ਜੀ ਇੱਕ ਕਾਲਜ 'ਚ ਖਾਂਦੇ ਨੇ ਇਕੱਠੇ ਕੜੀ ਚੌਲ ਪਵਾ ਕੇ ਮਿਡ ਡੇ ਮੀਲ ਵਾਲੇ ਐਡੀ ਗੱਲ ਵਧੀ ਹੋਈ ਆ ਹੋਰ ਕੀ ਕਰਦੇ ਨੇ ਤੁਸੀਂ ਇਹ ਤਾਂ ਕੰਪਿਊਟਰ ਲੈਬ 'ਚ ਬਹਿ ਕੇ ਜੀ ਕਦੇ ਸਾਰੇ ਮਾਊਸ ਆਪਦੇ ਵੱਲ ਖਿੱਚਦਾ ਕਦੇ ਮੈਡਮ ਆਪਦੇ ਵੱਲ ਖਿੱਚਦੀ ਆ ਕਦੇ ਆਪਦੇ ਵੱਲ ਖਿੱਚਦੇ ਨੇ ਐਵੇਂ ਕਰੀ ਜਾਂਦੇ ਹੁੰਦੇ ਨੇ ਜੀ ਇਹਨਾਂ ਦੋਨਾਂ ਨੇ ਤਾਂ ਇੱਕ ਹਾਊਸ ਬਣਾਇਆ ਹੋਇਆ ਜੀ ਹਾਊਸ ਇੱਕ ਘਰ 'ਚ ਰਹਿੰਦੇ ਵੀ ਉੱਥੇ ਘਰ ਕਾਹਨੂੰ ਜੀ ਉਹ ਇੱਕ ਉਹ ਨਹੀਂ ਬਣਾਉਂਦੇ ਹੁੰਦੇ ਕੰਪਿਊਟਰ ਲੈਬ 'ਚ ਕਲਪਨਾ ਚਾਵਲਾ ਹਾਊਸ ਹੁੰਦਾ ਜਿਹੜਾ ਅੱਛਾ ਹਾਂ ਪਹਿਲਾਂ ਤਾਂ ਮੈਡਮ ਉਹ 'ਚ ਇਕੱਲੀ ਰਹਿੰਦੀ ਹੁੰਦੀ ਸੀ ਸਰ ਧੱਕੇ ਨਾਲ ਉਹਦੇ ਵਿੱਚ ਬੜੇ ਨੇ ਜੀ ਇਹ ਤਾਂ ਬਾਲੀਆਂ ਮੈਚਿੰਗਾਂ ਕਰਕੇ ਆਉਂਦੇ ਨੇ ਜੀ ਮੈਡਮ ਨੇ ਉਹਦੇ ਮੈਡਮ ਨੇ ਸਾਰੀਆਂ ਸਾੜੀਆਂ ਜੀ ਸਰ ਦੀ ਪੱਗ ਨਾਲ ਦੀਆਂ ਕਰਾ ਰੱਖੀਆਂ ਨੇ ਮੈਡਮ ਜੀ ਤੁਸੀਂ ਤਾਂ ਉਹੀ ਫਸ ਗਏ ਜੀ ਇਹੋ ਜਿਹੀਆਂ ਕਰਤੂਤਾਂ ਕਰਦਾ ਇਹ ਸਕੂਲ 'ਚ ਜਾ ਕੇ ਮੈਨੂੰ ਤਾਂ ਬਾਲਾ ਦੁੱਖ ਹੁੰਦਾ ਜੀ ਤੁਹਾਡੇ ਵੱਲ ਦੇਖ ਕੇ ਮੈਂ ਨਾ ਇੱਕ ਕੁੜੀ ਨੇ ਨਾ ਪ੍ਰਪੋਜ਼ ਕੀਤਾ ਸੀਗਾ ਸਕੂਲ 'ਚ ਤੁਸੀਂ ਕਦੇ ਨਾ ਦੱਸਿਓ ਮੈਡਮ ਜੀ ਮੇਰੇ ਡੈਡੀ ਨੂੰ ਤੂੰ ਹਾਂ ਤਾਂ ਨਹੀਂ ਕਰਤੀ ਨਾ ਮੈਂ ਤੁਹਾਨੂੰ ਦੱਸਦਾ ਜੀ ਮੈਨੂੰ ਨਾ ਸਕੂਲ 'ਚ ਨਾ ਇੱਕ ਕੁੜੀ ਨੇ ਪ੍ਰਪੋਜ਼ ਕੀਤਾ ਸੀਗਾ ਕਹਿੰਦੀ ਤੂੰ ਮੇਰੇ ਨਾਲ ਗੱਲਬਾਤ ਕਰ ਲਾ ਮੈਂ ਕਹਿੰਦਾ ਮੈਂ ਨਹੀਂ ਕਰਦਾ ਉਹਨੇ ਨਾ ਪ੍ਰਕਾਰ ਨਾਲ ਨਾ ਆਪਦੀ ਬਾਂਹ 'ਤੇ ਆਪ ਮੇਰਾ ਨਾਮ ਲਿਖ ਲਿਆ ਸੀਗਾ ਮੈਂ ਉਹਨੂੰ ਸਾਫ਼ ਗੱਲ ਕਹਿਤੀ ਮੈਂ ਕਿਹਾ ਦੇਖ ਮੈਂ ਆਪਦਾ ਤਨ ਮਾਨਣਾ ਮੈਂ ਆਪਦੀ ਹੋਣ ਵਾਲੀ ਘਰ ਵਾਲੀ ਵਾਸਤੇ ਸਾਂਭੂਗਾ ਜਿਹਦੇ ਨਾਲ ਮੈਂ ਵਿਆਹ ਕਰਵਾਊਂਗਾ ਮੈਂ ਗਲਤ ਨਹੀਂ ਹੋਇਆ ਜੀ ਉਹਦੇ ਨਾਲ ਪਰ ਸਰ ਜੀ ਨੂੰ ਸ਼ਰਮ ਹੋਣੀ ਚਾਹੀਦੀ ਹੈ ਜੀ ਦੇਖ ਲਓ ਉਹ ਮੈਡਮ ਨਾਲ ਗਲਤ ਹੋਏ ਪੈਣੇ ਨਾਲੇ ਮੈਡਮ ਵਿਆਹੀ ਹੋਈ ਆ ਨਾਲੇ ਤੁਸੀਂ ਵਿਆਹੇ ਹੋਏ ਹੋ ਨਾਲੇ ਸਰ ਜੀ ਵਿਆਹੇ ਹੋਏ ਨੇ ਨਾਲੇ ਮੈਡਮ ਦਾ ਘਰ ਵਾਲਾ ਵਿਆਹ ਹੋਇਆ ਗਾ ਫਿਰ ਵੀ ਉਹ ਆਪਸ 'ਚ ਗਲਤ ਮਲਤ ਹੋਏ ਪਏ ਨੇ ਸਿਮੂ ਤੂੰ ਤਾਂ ਬਹੁਤ ਸਿਆਣਾ ਹੈ ਮੈਡਮ ਜੀ ਤੁਸੀਂ ਧਿਆਨ ਰੱਖਿਆ ਕਰੋ ਠੀਕ ਆ ਸਰ ਜੀ ਦਾ ਮੈਂ ਤਾਂ ਜਾਣ ਕੇ ਨਹੀਂ ਦੱਸਦਾ ਸੀ ਮੈਨੂੰ ਐ ਸੀ ਮੈਨੂੰ ਕੁੱਟਣਗੇ ਸਰ ਜੀ ਕੋਈ ਨਾ ਸਿਮੂ ਉਹ ਮੁੰਡਿਆ ਨੂੰ ਨਾ ਦੱਸੀ ਉਰੇ ਆ ਆ ਤਾਂ ਆ ਵੀ ਆ ਗਿਆ ਲੈ ਸੱਚੀ ਗੱਲ ਆ ਦੇਖ ਕਿਵੇਂ ਚਾਬੜ ਚਾਬੜ ਤੁਰਦਾ ਹੈ ਕੀ ਕਰਨਾ ਉਰੇ ਮੈਂ ਤਾਂ ਮੈਡਮ ਦੀ ਗੱਲ ਕਹਿਣਾ ਆ ਸੀਗਾ ਮੈਡਮ ਨੇ ਫੋਨ ਕੀਤਾ ਸੀਗਾ ਸਕੂਟਰੀ ਵਾਸਤੇ ਮਨੋਜ ਗੁਪਤਾ ਮੈਡਮ ਨੇ ਸਭ ਨੂੰ ਕਰੇ ਕੋਣਾ ਪਈ ਇਹਨਾਂ ਦੇ ਮੈਡਮ ਜੀ ਨੇ ਜੀ ਪਰ ਜਦੋਂ ਤੈਨੂੰ ਪਤਾ ਵੀ ਜਸਨੀਤ ਇਕੱਲੀ ਆ ਘਰੇ ਤੂੰ ਇੱਥੇ ਟਿੰਡੀਆਂ ਲੈਣਾ ਆ ਉਹ ਮੈਂ ਤਾਂ ਸਰ ਜੀ ਕੋਲੇ ਕੰਮ ਆਇਆ ਸੀਗਾ ਸਰ ਜੀ ਹੈ ਨਹੀਂ ਸੀਗੇ ਮੈਂ ਤੈਨੂੰ ਕੀ ਆਖਿਆ ਦੀ ਭਈ ਚਲੋ ਨਹੀਂ ਆਉਂਦਾ ਹੁਣ ਸਮਝ ਲਿਆ ਕਰ ਫੇਰ ਨਾ ਕਹੀਂ ਵੀ ਤਾਇਆ ਐਂ ਬੋਲਦਾ ਮੈਂ ਤੈਨੂੰ ਕਹਿ ਦੀ ਜਦੋਂ ਕੋਈ ਘਰੇ ਨਹੀਂ ਹੁੰਦਾ ਭਾਈ ਪਿੱਛੋਂ ਆਉਣਾ ਨਹੀਂ ਕੀ ਕਰਨ ਆਉਂਦੇ ਹੋ ਤੁਸੀਂ
ਫਿਰ ਸਾਲਾ ਕਲੇਸ਼ ਛੱਡਦਾ, ਫਿਰ ਮੈਨੂੰ ਦਾੜੀ ਹਲਾਉਣੀ ਪੈਂਦੀ ਹੈ। ਤਾਏ ਉਹ ਤਾਂ ਮੈਡਮ ਨੇ ਫੋਨ ਕੀਤਾ, ਸਕੂਲੋਂ ਫੋਨ। ਕਿਹੜੀ ਮੈਡਮ ਨੇ ਕਰਤਾ ਫੋਨ? ਸਕੂਲ ਵਾਲੇ ਉਹਨੂੰ ਕਰਨ ਭਾਈ, ਤੈਨੂੰ ਕਿਉਂ ਕਰਦੇ ਨੇ? ਸਰ ਨੇ ਚੱਕਿਆ ਨੀਗਾ ਜੀ। ਸਰ ਨੇ ਨਹੀਂ ਚੱਕਿਆ, ਨਾਲੇ ਕੁਛ ਹੋਰ ਸਕੂਲ ਵਾਲਿਆਂ ਨੇ ਕੀਤਾ ਹੋਣਾ ਜੀ, ਉਹਨਾਂ ਨੇ ਚੱਕਿਆ ਨੀਗਾ। ਸਰ ਜੀ ਨੇ ਫਿਰ ਉਹਨਾਂ ਮੈਂ ਭੋਲੇ ਦੇ ਮੂੰਹ ਨੂੰ ਚੁੱਪਾਂ, ਮੈਂ ਫਿਰ ਤੈਨੂੰ ਦੱਸਾਂ, ਹੁਣ ਮੈਂ ਦੱਸ ਦਿੰਦਾ ਤੈਨੂੰ ਮੁਖਤਿਆਰਾ ਕੀ ਚੀਜ਼ ਹੈ। ਚੱਲ ਅੱਗੇ ਤੋਂ ਨਹੀਂ। ਹਾਂ, ਕੋਈ ਲੋੜ ਨਹੀਂ ਆਉਣ ਦੀ ਭਾਈ, ਆਪਦਾ ਸੁਨੇਹਾ ਫੋਨ 'ਤੇ ਲਾ ਦਿਆ ਕਰੋ। ਮਾਸਟਰ ਘਰੇ ਹੁੰਦਾ ਜੀ, ਸਦ ਕੇ ਆਓ। ਆਹੋ, ਵਗ ਜਾ ਵਗ ਜਾ ਨਾ ਕੁੜੀਏ, ਤੂੰ ਤਾਂ ਸਿਆਣੀ ਬਿਆਣੀ ਆ, ਦੱਸ ਹੈਂ ਕੀ ਹੋ ਗਿਆ ਤਾਏ ਜੀ? ਤੈਨੂੰ ਨਹੀਂ ਪਤਾ ਕੀ ਹੋਊਗਾ ਭਾਈ, ਬਠਿਆਰ ਕੇ ਇੱਥੇ ਮੰਜੇ 'ਤੇ ਅਸੀਂ ਅਸੀਂ ਤੁਹਾਡੇ ਕਲੇਸ਼ ਛਿੜਦੇ ਨੇ। ਤਾਏ ਜੀ, ਇਹ ਤਾਂ ਸੁਨੇਹਾ ਲਾਉਣ ਆਇਆ ਸੀਗਾ। ਸੁਨੇਹਾ ਲਾਉਣ ਆਇਆ ਸੀ? ਕਹਿੰਦਾ ਮਨੋਜ ਗੁਪਤਾ ਮੈਡਮ ਦਾ ਫੋਨ ਆਇਆ। ਤੂੰ ਭਾਈ ਉਹਨੂੰ ਨਾ ਦਿਆ ਕਰ ਕੋਈ ਮੌਕਾ, ਹੈਂ ਉਹਨੂੰ ਤਾਂ ਬਹਾਨੇ ਚਾਹੀਦੇ ਨੇ। ਉਹਦਾ ਆਪ ਤਾਂ ਹੈਗਾ ਕੰਜਰ ਇਹ ਜਿਹਾ, ਤੇਰੇ 'ਤੇ ਦੂਸ਼ਣ ਲਾਉਣ ਦੇ ਬਹਾਨੇ ਚਾਹੀਦੇ ਨੇ। ਸਾਰੇ ਜਵਾਕਾਂ ਦੇ ਸਾਹਮਣੇ ਵੀ ਦੇਖ ਲਓ ਸਕੂਲ 'ਚ ਕੀ ਕਰਦਾ, ਮੈਨੂੰ ਤਾਂ ਸਿੰਮੂ ਦੱਸ ਕੇ ਗਿਆ। ਮੈਨੂੰ ਸਾਰਾ ਪਤਾ, ਮੈਂ ਤੂੰ ਕੀ ਲੁਕਿਆ, ਕੁਛ ਨਹੀਂ ਲੁਕਿਆ ਮੇਥੋਂ, ਮੈਨੂੰ ਸਾਰਾ ਪਤਾ। ਬਸ ਤੂੰ ਦੇਖਦੀ ਆ, ਦੇਖਦੀ ਆ ਤੇਰਾ ਤਾਇਆ ਕੀ ਕਰਦਾ ਟਾਈਮ ਆਉਣ ਦੇ। ਤਾਂ ਹੀ ਤਾਂ ਤਾਇਆ ਜੀ ਲੜੀ ਜਾਂਦਾ ਉਹ। ਮੈਂ ਤਾਂ ਭਾਈ ਬੈਠਾ ਸੀ ਸਾਲਾ ਡੂੰਡਾ ਜਿਹਾ ਉੱਠ ਖੜਿਆ, ਮੈਂ ਚੱਲ ਜਾ ਆਵਾਂ, ਆਉਂਦੇ ਆਉਂਦੇ ਫੇਰ ਦੱਬ ਗਿਆ। ਮੈਂ ਤਾਂ ਇੱਥੇ ਬਹਿਣਾ ਭਾਈ 10-15 ਮਿੰਟ, ਜੇ ਠੀਕ ਆ ਤਾਂ ਠੀਕ ਆ, ਨਹੀਂ ਉੱਤੇ ਉੱਚੀ ਜੀ ਤੇ ਬਹਿ ਜੂੰਗਾ। ਉਹਨੇ ਕੁਰਸੀ ਜੀ ਨਹੀਂ ਲਿਆ ਕੇ ਦਿੱਤੀ ਹਜੇ ਤੱਕ। ਚੱਲ ਕੋਈ ਨਾ ਤਾਇਆ ਜੀ, ਉਹ ਤਾਂ ਮੈਂ ਕਹਿ ਦਾਂਗਾ, ਪਾਣੀ ਲਿਆ ਦੇਣਾ। ਹਾਂ, ਮੈਂ ਤੁਹਾਨੂੰ ਪਾਣੀ ਲਿਆ ਕੇ ਦਿੰਦੀ ਹਾਂ। ਨਾਲੇ ਭਾਈ ਇਹਨਾਂ ਨੂੰ ਜਵਾਬ ਦੇ ਦਿਆ ਕਰ, ਬਾਰ 'ਚ ਹੀ ਵਗ ਜਾਏ ਕਰ, ਖੁੱਲ੍ਹਾ ਰੱਖਦੀਆਂ ਬਾਰ ਸਾਰਾ ਦਿਨ ਸਪੱਟ। ਕੋਈ ਨਾ, ਹੋਰ ਕੁਛ ਖਾਣਾ ਵੀ ਦੱਸ ਦਿਓ। ਪੁੱਛ ਲਿਆ ਕਰ ਵੀ ਕੌਣ ਆ ਭਾਈ, ਬਾਰ 'ਚ ਮੋੜ ਦਿਆ ਕਰ ਵੀ ਭਾਈ ਮਾਸਟਰ ਦਾ ਘਰੇ ਹੈ ਨਹੀਂ, ਗੱਲਾਂ ਬਣ ਜਾਂਦੀਆਂ ਨੇ ਤੈਨੂੰ ਦੱਸਾਂ ਮੈਂ। ਕੋਈ ਨਾ ਜੀ, ਮੈਂ ਕਹਿ। ਹਾਂ, ਚਾਹ ਬਣਾਈ ਨਹੀਂ? ਚਾਹ ਬਸ ਬਣਾ ਦਿੰਦੀ ਹਾਂ ਤਾਇਆ। ਬਣਾ ਦੇ, ਦਲਵੀਰਾ ਵੀ ਆਉਣ ਵਾਲਾ। ਹੋਰ ਬਣਾ ਦੇ। ਹਾਂ ਬੈਠਿਆ, ਮੈਂ ਤੈਨੂੰ ਬਾਗਲ ਚ ਭਾਲ ਕੇ ਆਇਆ। ਮੈਂ ਉਰੇ ਆ ਗਿਆ। ਉਹ ਤੇਰੀ ਲੱਤ ਹਿੱਲ ਜੂ ਕਾਣੂ, ਜੇ ਪੁੱਤ ਤੋਰਾ ਫੇਰਾ ਕਰੂੰ ਫੇਰ ਠੀਕ ਹੋਊਗਾ। ਐ ਐ ਮੈਂ ਠੀਕ ਹੋ ਜੂ ਬੈਠਾ, ਹੈਂ ਮਾਂ ਚੱਲ ਜਸਨੀਤ ਆਈ ਨੀ ਭਾਈ, ਮੈਂ ਹੀ ਜਾਇਆ। ਮੈਂ ਉੱਥੇ ਮਹਾ ਪਤਾ ਨੀ ਕਿੱਧਰ ਵਗ ਗਿਆ ਬਈ। ਕੁਰਸੀ ਲਿਆ ਦੀ ਹੈ? ਕੁਰਸੀ ਕੁਰਸੀ ਦਾ ਮੈਂ ਉਹ ਦੂਜਾ ਘਣ ਮਾਰਿਆ ਉਹਦੇ ਦੂਜੀ ਬੁਲਾਇਆ। ਮੈਂ ਯਾਰ ਤਾਂ ਹੀ ਤਾਂ ਆਇਆ ਦਲਵੀਰੇ ਉਰੇ, ਮੈਂ ਚੱਲ ਉਹਦੇ ਬਹਿ ਜੂ ਉੱਚੀ ਜੀ ਤੇ ਅੰਗਰੇਜ਼ੀ ਜੀ ਦੇ। ਇਹਦੇ ਬਹਿ ਜਾ ਫਿਰ, ਕੋਈ ਨਾ ਔਖਾ, ਠੰਡੀ ਲੱਗਦੀ ਹੈ ਇਹ, ਹੈਂ ਉਹ ਕੁਰਸੀ ਵਧੀਆ ਰਹਿੰਦੀ ਆ ਭਾਈ। ਮੈਨੂੰ ਤਾਂ ਕੁਰਸੀ ਲਿਆ ਦੀ, ਲੈ ਚੀਕੂ ਚੀਕੂ ਦਾ ਲਿਆ ਦੇ ਪੈਸੇ, ਪੈਸੇ ਦੇ ਦੇ। ਤੈਨੂੰ ਦੱਸ ਦਾਂਗਾ, ਪੈਸੇ ਵੀ ਦੇਊਂਗਾ, ਹਿਸਾਬ ਦਾ ਕਰ ਲਈਏ। 400 ਮੋੜ ਦੇ। ਮੋੜ ਦਾਂ ਆਪਾਂ, ਇਹਦਾ 4 ਕਾਏ ਨੇ, 25 ਰੁਪਏ ਦਾ ਚੀਕੂ ਪੈ ਗਿਆ ਆਪਾਂ। ਬਈ ਪਾਣੀ ਲਿਆ ਦੇ ਦਲਵੀਰੇ ਨੂੰ ਜਸਨੀਤ, ਦੇਖ ਲੈ ਜਸਨੀਤ, ਆ ਜਸਨੀਤ, ਆਓ ਬੁੱਗੇ। ਇਹ ਅਹੀਂ ਕਰਦੀ ਆ ਕਿਵੇਂ? ਤੈਨੂੰ ਆਏ ਵੀ ਇਹਨੂੰ ਪਾਣੀ ਵੀ ਨਹੀਂ ਦਿੰਦੀ ਦਿੰਦੀ ਆ। ਹਾਂ, ਇਹਨੂੰ ਤਾਲ ਕੇ ਰੱਖਿਆ ਕਰ, ਮਾੜਾ ਹੈਗਾ ਜੀ ਬਾਹਰੋਂ ਨਾ ਮੈਨੂੰ ਪਾਣੀ ਪਿਲਾਇਆ ਕਰ। ਪਾਣੀ ਲਿਆ ਦੇ ਭਾਈ, ਰੂਹ ਮਾਰ ਕੇ ਦਿਖਾਵਾਂ ਤੈਨੂੰ। ਮਾਰ ਜਸਨੀਤ ਆ ਗਈ ਭਾਈ, ਪਾਣੀ ਬਾਹਰੋਂ ਆਇਆ ਭਾਈ, ਪਾਣੀ ਪੂਣੀ ਦੇ ਦਿਆ ਕਰ। ਹੈਂ ਬਣ ਗਿਆ ਦਲੀਆ? ਹਾਂਜੀ, ਤਰਿਆ ਹੋਇਆ। ਤਰਿਆ ਚਾਹ? ਚਾਹ ਵੀ ਤਰੀ ਹੋਈ ਆ। ਕੱਠੀ ਧਰਤੇ ਬੋਲਦਾ ਹੁੰਦਾ ਕੁੜੀ ਨੂੰ? ਆ ਗਏ? ਹਾਂ, ਇਹ ਨਾ ਬੋਲਿਆ ਕਰ। ਨਾ ਨਾ, ਫਿਰ ਤੈਨੂੰ ਪਤਾ ਹੀ ਆ, ਫਿਰ ਪੈਸੇ ਲਾ, ਪੈਸੇ ਪੈਸੇ ਤੈਨੂੰ ਦੱਸਦਾ। ਦੇਖੋ ਕਿੰਨੇ ਪੈਸੇ ਦਿੱਤੇ ਤੀ? ਮੈਂ ਦੇ ਤੇਰੇ ਤੈਨੂੰ 35 ਰੁਪਏ ਚੀਕੂ ਪੈ ਗਿਆ ਇੱਕ। ਹਾਂ, ਲੋੜਾ ਹੀ ਆਇਆ ਪਿਆ। ਇਹ ਹੈਗੇ ਨੇ ਇੱਧਰ ਦੇ ਬਨਾਰਸ ਦੇ ਚੀਕੂ ਨੇ ਇਹ। ਸੌਖਾ? ਹਾਂ, ਮੈਂ ਸਪੈਸ਼ਲੀ ਲੈ ਆਵਾਂ, ਮੇਰੇ ਤਾਏ ਦੀ ਟੁੱਟ ਗਈ ਲੱਤ, ਮਾਲ ਲੱਤ 3-4 ਦਿਨਾਂ ਜੀ ਸੈੱਟ ਹੋ ਜਾ ਕਹਿੰਦਾ, ਫਿਰ ਅਈਆਂ ਜਾਂ ਚੀਜ਼ਾਂ ਖਵਾ। ਇੱਕ ਕਿੰਨੇ ਨੇ ਭਾਈ, ਇਹ ਕਿੰਨੇ ਦੇ ਆ ਗਏ? ਦੇਖ ਲੈ, ਦੇਖ ਲੈ, ਜੋੜ ਲੈ। 30 90 90 ਦੇ 30 120 150 80 80 80 80 ਚ ਪਾ ਦੇ 35 80 ਚ 30 ਖੜ ਜਾ, 30 ਪਾਵਾਂਗੇ। 80 ਚ 30 ਪਾ ਦੇ, 210 210 210 240 240 ਹੋ ਗਏ, 5 10 15 20 25
ਤੀਹ ਪੈਂਤੀ ਚਾਲੀ ਕਿੰਨੇ ਹੋ ਗਏ ਤੇ ਪਹਿਲਾਂ ਦੋ ਸੌ ਦਸ ਦੋ ਸੌ ਉਲਝ ਗਿਆ ਕੰਮ ਦੋ ਸੌ ਦਸ ਢਾਈ ਸੌ ਢਾਈ ਸੌ ਦੇ ਹਾਂ ਢਾਈ ਸੌ ਦੱਸਦਾ ਤੈਨੂੰ ਢਾਈ ਸੌ ਢਾਈ ਸੌ ਰੁਪਇਆ ਮੈਂ ਤੇਰਾ ਦੋ ਸੌ ਦਾ ਪ੍ਰੋਟੀਨ ਬੁੱਕ ਕਰਾਤਾ ਪ੍ਰੋਟੀਨ ਅੱਡਾ ਡੱਬਾ ਹੁੰਦਾ ਉਹਦੇ ਨਾਲ ਵੀ ਲੱਤ ਛੇਦੀ ਭਰੂਗੀ ਫਿਰ ਕਿੰਨੇ ਰਹਿ ਗਏ ਪੰਜਾਹ ਰੁਪਈਏ ਹੈਨਾ ਪੰਜਾਹ ਰੁਪਈਆਂ ਦੇ ਮੈਂ ਅੰਗੂਰ ਖਾ ਗਿਆ ਉੱਥੇ ਪੰਜਾਹ ਦੀ ਖਾਧੇ ਨੇ ਮੈਂ ਤਾਂ ਵੀ ਬਾਲਾ ਖਾਧਾ ਨੀ ਤੇਰਾ ਕੁਛ ਲੇਖਾ ਮਾਮਾ ਧੀਆਂ ਦਾ ਪੰਜਾਹ ਤੇਰੇ ਮੋੜ ਦੂੰ ਮੈਂ ਨਾਲੇ ਜਾਇਆ ਕਰੂੰ ਤੇਰੇ ਕੋਈ ਨਾ ਨਾਲ ਠੀਕ ਹੋ ਜਾ ਮੈਂ ਤਾਂ ਬਾਬੇ ਤਾਂ ਲਿਆਇਆਗਾ ਇਹ ਵੀ ਤੂੰ ਛੇਤੀ ਹੋ ਜੇ ਤਾਇਆ ਤੇਰਾ ਤਾਇਆ ਲਾ ਲਾ ਬਾਬੇ ਕਹਿੰਦੇ ਨੋ ਪੜ੍ਹੇ ਲਿਖੇ ਲੈ ਹੁਣ ਇਹ ਕਰ ਖਵਾਵਾਂ ਆਹੋ ਇੱਕ ਇੱਕ ਖਾ ਲਈ ਬਾਲਾ ਨਾ ਖਾਈ ਗਰਮੈਸ਼ ਕਰ ਦੂ ਚੰਗਾ ਹਾਂ ਖਵਾ ਲੈ ਆ ਜਾ ਤੇਜ਼ ਬਾਲਾ ਪਰ ਇਹ ਤੇਜ਼ ਬਾਲਾ ਲੈ ਤੈਨੂੰ ਜਿਹੜੀ ਜਿਹੜੀ ਚੀਜ਼ ਦਊਂਗਾ ਮੈਂ ਆਈਟਮ ਉਹੀ ਖਾਣੀ ਆ ਵੱਧ ਨਹੀਂ ਖਾਣਾ ਕਿਤੇ ਲੀਵਰ ਚੱਕ ਦੇ ਤੇਰਾ ਲੈ ਆ ਚੱਕ ਹੱਥ ਦੇ ਇਹ 'ਚ ਬਹੁਤ ਜਾਨ ਹੁੰਦੀ ਹੈ ਇਹ ਚੀਜ਼ 'ਚ ਦਿੰਦਾ ਤੈਨੂੰ ਕੋਈ ਨਾ ਲੈ ਫੋਲਕ 'ਚ ਬਹੁਤ ਜਾਣਾ ਜਿੰਨੀ ਤਾਕਤ ਫੋਲਕ 'ਚ ਆ ਮੈਂ ਕਹਿਣਾ ਤੇਰੇ ਥੱਲੜ ਲਿਆ 'ਚ ਵੀ ਨਹੀਂ ਹੈਗੀ ਵਿਚਲੇ 'ਚ ਡਾਕਟਰ ਦੱਸਦੇ ਨੇ ਇਹ ਲੈ ਲੈ ਹੁਣ ਮਾਰ ਜਾ ਫੱਕਾ ਇਹਦਾ ਇਹੀ ਤੈਨੂੰ ਹਜੇ ਇਹ ਖਵਾਊਂਗਾ ਫਿਰ ਤੈਨੂੰ ਹੋਰ ਤਾਕਤ ਵਾਲੀ ਵੱਡੀ ਚੀਜ਼ ਆ ਐ ਤਾਂ ਫਿਰ ਮੈਨੂੰ ਥੜਾ ਫੋਲ ਕੇ 500 ਦਾ ਪੈ ਗਿਆ ਹੋਵੇ ਨਾ ਨਾ ਤਾਕਤ ਵਾਲੀ ਚੀਜ਼ ਆ ਤੈਨੂੰ ਆ ਵੀ ਖਵਾਉ ਮੈਂ ਹਜੇ ਤੂੰ ਆਹ ਆਹ ਖਾ ਹੈ ਬਹੁਤ ਵਧੀਆ ਚੀਜ਼ ਆ ਪਰ ਇਹਦਾ ਕੌੜਾ ਪਿਆ ਇਹਦਾ ਕੁਛ ਵੀ ਨਹੀਂ ਨਾ ਮੈਂ ਖਾਧਾ ਲੈ ਮੈਨੂੰ ਨਹੀਂ ਲੋੜ ਖਾ ਲੈ ਖਾ ਲੈ ਆਪਾਂ ਇਹਦਾ ਕੌੜਾ ਪਿਆ ਅੱਕ ਵਰਗਾ ਹੈ ਕੋਈ ਨਾ ਕੋਈ ਨਾ ਹਾਂ ਮੈਨੂੰ ਤਾਂ ਉੱਥੇ ਹੀ ਛੱਡਿਆ ਛੱਡਿਓ ਨਾ ਤਾਂ ਖਾ ਲੈ ਮੈਨੂੰ ਨਹੀਂ ਲੋੜ ਤੂੰ ਹੀ ਖਾ ਲਾ ਭਾਈ ਹਲੋ ਬਣ ਗਈ ਚਾਹ ਤਾਂ ਇਹਨੂੰ ਦੇ ਦੇ ਬਣ ਗਈ ਚਾਹ ਪੀ ਕੋਈ ਨਾ ਫੇਰ ਖਾ ਲੈ ਅੱਛਾ ਚੀਕੂ ਖਵਾਰੇ ਦੇ ਲੈ ਜਾ ਭਾਈ ਤੂੰ ਵੀ ਖਾ ਲਾ ਮੈਂ ਕਿਹਨੇ ਹੋਰ ਖਾ ਲਾ ਖਾ ਲਾ ਪਹਿਲਾਂ ਤਾਈ ਨੂੰ ਖਿਲਾਵੇ ਚੰਗੇ ਕਾਹਨੂੰ ਭਾਈ ਮਿੰਟਾਂ ਟੱਟੀਆਂ ਲਾ ਦੇਣਗੇ ਤਾਂ ਕਿ ਤੇਜ਼ ਨੇ ਥੋੜੇ ਜਿਹੇ ਕਹਿੰਦਾ ਮੈਂ ਨਹੀਂ ਖਾਂਦਾ ਪਿਲਸ਼ਣ ਕੰਨੀ ਅੰਦਰ ਲਵੇ ਮੈਨੂੰ ਛੱਡਿਆ ਚਾਹ ਵੀ ਲਾ ਚਾਹ ਮੈਂ ਪੀ ਲੂ ਤੂੰ ਮੈਨੂੰ ਉੱਥੇ ਛੱਡਾਈ ਚਾਹ ਪੀ ਕੇ ਲੈ ਮਾੜੀ ਜੀ ਫਾੜੀ ਖਾ ਲੈ ਕੁਰਸੀ ਕੁਰਸੀ ਚਾਹ ਕਾ ਨੂੰ ਮਾਣਾ ਉਹ ਕਰੇਗਾ ਦੇ ਦੇ ਚਲ ਆ ਖਾ ਲੈ ਬਾਲਾ ਤੇਜ਼ ਆ ਐਵੇਂ ਹੀ ਭਾਂਜੀ ਲੀਵਰ ਚੱਕਦਾ ਫਿਰ ਹੋਰ ਭੱਜੇ ਫਿਰਾਂਗੇ ਡਾਕਟਰਾਂ ਦੇ ਖਾ ਲੈ ਖਾ ਲੈ ਆ ਮਿੱਠਾ ਓਏ ਹੈ ਮਿੱਠਾ ਖਾ ਲੈ ਕਰ ਕੋਈ ਨਾ ਤਾਂ ਮਹਿੰਗਾ ਤਾਂ ਹੈਗਾ ਇਹ ਕੱਲ ਨੂੰ ਨਾਰ ਲਿਆ ਕੇ ਦੇਊਂਗਾ 200 ਰੁਪਇਆ ਦੇ ਦੀ ਮੈਨੂੰ ਤਾਂ ਭਾਈ ਨਾਰਾਂ ਦੀ ਨਹੀਂ ਲੋੜ ਮੈਂ ਤਾਂ ਹੀ ਠੀਕ ਹੋ ਜੂ ਆ ਤਾਂ ਮੇਰੀ ਲੱਗ ਗਈ ਚੱਲਣ ਲੈ ਆ ਵੀ ਹਿੱਲ ਜਿੱਲਦਾ ਹੋਣ ਲੱਗ ਗਈ ਹੋ ਜੂ ਠੀਕ ਮੈਂ ਤਾਂ ਮੈਨੂੰ ਤਾਂ ਤੇਰੇ ਨਾਰਾਂ ਦੀ ਨਹੀਂ ਲੋੜ ਮੈਨੂੰ ਤੇਰੇ ਨਹੀਂ ਲੋੜ ਮੈਨੂੰ ਤੇਰੇ ਟੀਨਾ ਦੀ ਨਹੀਂ ਲੋੜ ਮੈਨੂੰ ਮੇਰੀ ਗੱਲ ਲੋੜ ਮੇਰੀ ਗੱਲ ਸੁਣੋ ਮੈਂ ਤੈਨੂੰ ਐਂ ਕਹਿਣਾਗਾ ਮੇਰਾ ਪਾਪਾ ਹੁੰਦਾ ਤੀਗਾ ਹਨਾ ਆਹੋ ਵੀ ਤੁਸੀਂ ਵਧੀਆ ਪ੍ਰੇਮ ਤੇ ਉਹ ਰੱਖਦੇ ਤੀਗੇ ਆਹੋ ਬਥੇਰਾ ਪ੍ਰੇਮ ਤੀ ਮੇਰਾ ਤੇਰੇ ਪਾਪੇ ਨਾਲ ਬਥੇਰਾ ਪ੍ਰੇਮ ਤੀ ਤੇਰੇ ਪਾਪੇ ਨਾਲ ਮੇਰਾ ਮੈਂ ਸੁਣਿਆ ਮੈਂ ਤਾਂ ਕਦੇ ਉਹਦੇ ਐਂ ਉਂਗਲ ਨਹੀਂ ਲਾਈ ਮੈਂ ਸੁਣਿਆ ਤੀਗਾ ਕਹਿੰਦਾ ਬੜਾ ਲਾਡ ਕਰਦਾ ਜੀ ਤੇਰਾ ਤਾਇਆ ਮੈਂ ਤਾਂ ਭਾਈ ਜਵਾਖਾਂ ਵਾਂਗੂ ਰੱਖਿਆ ਤੇਰੇ ਪਾਪੇ ਨੂੰ ਅੱਛਾ ਚੱਲ ਵਧੀਆ ਮੈਂ ਤਾਂ ਉਹਨੂੰ ਕੋਈ ਬਾਲ ਬੀਂਗਾ ਨਹੀਂ ਹੋਣ ਦਿੱਤਾ ਕਦੇ ਸਹੀ ਗੱਲ ਹੈ ਉਹ ਮੈਨੂੰ ਵੱਡਾ ਭਾਈ ਮੰਨਦਾ ਨਾ ਤਾਂਜੋ ਅਸੀਂ ਸੇਵਾ ਕਰਦੇ ਆ ਤੇਰੀ ਆ ਦੇਖ ਚੀਕੂ ਤਾਂਜੋ ਤਾਂ ਅਸੀਂ ਸੇਵਾ ਕਰਦੇ ਨਹੀਂ ਕੌਣ ਅੱਜ ਕੱਲ ਪੁੱਛਦਾ ਕਿਸੇ ਨੂੰ ਇੱਕ ਵਾਰ ਦੀ ਗੱਲ ਦੱਸਦਾ ਤੈਨੂੰ ਹਾਂ ਸੰਨੀ ਨਹੀਂ ਕਰੀ ਭਾਈ ਉਹਨੇ ਡੰਗਰ ਹੀ ਬੈਠੇ ਵਿਚਾਰੇ ਜਮੀ ਠੰਡੀ ਪਾਣੀ ਵਰਗੀ ਚਾਹ ਆ ਯਾਰ ਧੁੱਪ 'ਚ ਬੈਠੇ ਡੰਗਰ ਹੈ ਮੈਂ ਆਇਆ ਭਾਈ ਕੰਮ ਕਾਰ ਤੋਂ ਅੱਛਾ ਹਾਂ ਕੀ ਗੱਲ ਭਾਈ ਮੈਂ ਸੰਨੀ ਨਹੀਂ ਕਰੀ ਹਾਂ ਮੈਨੂੰ ਪੁੱਠਾ ਬੋਲਿਆ ਤੇਰਾ ਪਿਆ ਅੱਛਾ ਕਹਿੰਦਾ ਮੈਥੋਂ ਤਾਂ ਹੁੰਦੀ ਨਹੀਂ ਕਹਿੰਦਾ ਤੂੰ ਕਰ ਲੈ ਕਹਿੰਦਾ ਮੈਂ ਕਿਹੜਾ ਇਕੱਲਾ ਦੁੱਧ ਪੀਨਾ ਕਹਿੰਦਾ ਤੂੰ ਤੌੜੇ ਨੂੰ ਪਾੜ ਲਾ ਲੈਂਦਾ ਕਹਿੰਦਾ ਮੈਨੂੰ ਕਹਿੰਦਾ ਮਹਾਂ ਚੱਲ ਭਾਈ ਲਾਉਣਾ ਮੈਂ ਤੁਸੀਂ ਵੀ ਤਾਂ ਪੀਨੇ ਹੋ ਮੈਂ ਕਿਹੜਾ ਇਕੱਲਾ ਦੁੱਧ ਪੀਨਾ ਮੈਂ ਕਿਹੜਾ ਸਾਰੀ ਮੱਖਣੀ ਇਕੱਲਾ ਖਾ ਜਾਣਾ ਮੈਨੂੰ ਪੁੱਠਾ ਬੋਲਿਆ ਅੱਛਾ ਮੈਂ ਕੁਛ ਨਹੀਂ ਕਿਹਾ ਮੈਂ ਉਹਨੂੰ ਐਂ ਜੇ ਕਰਦਾ ਮੈਂ ਅੱਛਾ
गोडे मेरे अच्छा कद एक कौन बह जाता दी प्यो अच्छा मैं देख लाऊ तो फिर है गलत गल दी कोई ना मैं है तेरा गर्मी कुछ नहीं होंदा कुछ नहीं होंदा खा ली खा ली जेब च पाला तेन उधर छड़ के आना बागल च बागल छड़ के आना ठीक हो जाएगा चल उठ माड़ा जा फिर चली मैं पुत्ता वांगू रखदा दी उन्होंने बड़े भाई वाली करी नहीं मेरे नाल माड़िया करिया ने भुगत गया है भुगत गया तेरे पता नहीं किमें होगा चल कोई चंगा नी करता रब बड़ी टलगी देख ला पर चल ए बजरे की जान सौखी निकली थी बैठा बैठा ही बस चल आ जा उठ फिर छट के आवा आ जा भाई आ जा चीकू आ गए अपने 50 रुपया दे है ना 50 रुपया ने चीकू आ गया अपना बच गया 450 रुपया सारा पूरा हो गया उस तड़के नार लियाऊ चाहिए या करोगे भाई भुगतोगे आया पुत्त मैं नहीं कहना सास कहती है अभ्यास ने मैं 3 बारी सम्मान च करता ताया लो रे भैया ताया हो इत्थे आ जा बाला ना हो सपीटा जा चक्या कर हौली चलिया कर हेरे हेरे चलन लगू लत नहीं जा खड़ जा तो मैं रख ला ना रख दे ला हौली हौली हुई है आए तो हूँ वह होगी बस इतने पे आराम नाल लै वाहेगुरु का नौ मंजा सौंझ करा दी मेरा घंटे को अच्छा मंजा का तेरा करा दू ठीक है ठीक है ठीक है वीकनेस वाली है वीकनेस आप इधर नू कर दे बाम बज दिया कई बार कोई ना ला हाँ ला भाई जी किसी को बुलाने की लोड़ नहीं देख फिर तजर्बा एनवायरमेंट का चंगा हाँ आ हरे भाई कनी मार लिया कर निगाह मारी मोटी आहो चंगा चंगा फिर भाग जा मजा ना मरे करे बार बूर ला के रखा कर भाई सपट सड़ दंदा कदे केड़ा आ जांदा कदे केड़ा आ जांदा धर्मशाला बना रखी मेरे साले ने भाई कदर अंदर बड़ी जाना यार आटा चक्की दे पिया हेरा जी लगता मेरा पहला शिकार ओ भाई परौने तू आ ओए साला आपड़ी मड़ा जा के बैठ मेरा हाथ वेलन आपड़ी लो तू आटा मंगना लगदा मैं ओ मेनू लग्या वा के लकड़ हारे जी नहीं हुंदे ओ खड़े नेगे लफड़ा लफड़ दुश्मन किथे है आ गए मेरे सेंसा हैं हां हाय हाय ओए दुश्मन किथे दुश्मन दुश्मन तो हजे लब्बांगे उनू तो हैं लब्बांगे दुश्मन नू हजे अरे दुश्मन लब्बना है बस इत्थे फिरदा होगा दुश्मन मता अद्धा रह गया सौ लगे मैं तो बिपता पे तक तो लब लेंगा लब लेंगे मैं तिखे करा के लिया हां दोए हैं रुपया 150 देना ते खाना नू हाय हाय मैं बहुत दुखी हां मेनू कल्ली कल्ली गल समझा भला हो की गया तेरे नाल हां दस परौणिया
ਚੱਕਰ ਕੀ ਪੈ ਗਿਆ ਤੂੰ ਆ ਗਿਆ ਮੇਰਾ ਸੈਂਸਾ ਮੇਰੇ ਸਿਰ ਤੇ ਹੱਥ ਰੱਖੀ ਹੋਏ ਉਹ ਕੀ ਗਿਆ ਹੁਣ ਮੈਨੂੰ ਗੱਲ ਦੱਸ ਹੋਣਾ ਕੀ ਪੀ ਸਰਪੰਚ ਰਾਸ਼ੀ ਲੈਣ ਗਿਆ ਤੀ ਜੋ ਰਾਸ਼ੀ ਲੈਣ ਗਿਆ ਸਾਈਕਲ ਰੋਕੜਾ ਡਾਂਗ ਕੱਢ ਲਈ ਕਿਹਨੇ ਸਰਪੰਚ ਨੇ ਮੈਨੂੰ ਐ ਲੱਗਦਾ ਮੇਰੇ ਪਿੱਛੇ ਬੰਦੇ ਲਾ ਰੱਖੇ ਨੇ ਉਹਨੇ ਸਰਪੰਚ ਨੇ ਹਾਂ ਬੰਦਿਆਂ ਨੇ ਕੁਛ ਕਿਹਾ ਤਾਂ ਨਹੀਂ ਬੰਦਿਆਂ ਨੇ ਹਲੇ ਕੁਛ ਨਹੀਂ ਕਿਹਾ ਪਰ ਤੂੰ ਪਿੱਛੇ ਲੱਗੇ ਹੋਏ ਦੇਖੇ ਨੇ ਹੈ ਤਾਂ ਪਿੱਛੇ ਲੱਗੇ ਹੋਏ ਦੇਖੇ ਨੇ ਬੰਦੇ ਸਰਪੰਚ ਨੇ ਆਪ ਘੇਰਿਆ ਗਿਆ ਜਦੋਂ ਮੈਂ ਰਸੇ ਲੈ ਕੇ ਆਇਆ ਫਿਰ ਸਾਡੇ ਘਰੇ ਰਸ ਫੜਾ ਕੇ ਗਿਆ ਕੱਲਾ ਸਰਪੰਚ ਹੈ ਕੱਲਾ ਸਰਪੰਚ ਹੀ ਇਹੋ ਜਿਹੇ ਬੰਦੇ ਨਹੀਂ ਮੈਂ ਦੇਖੇ ਮੈਨੂੰ ਦੱਸ ਤਾਂ ਦਿੰਦਾ ਕੱਲਾ ਸਰਪੰਚ ਹੈ ਕਿਉਂ ਆ ਮੈਂ ਕਿਰਾਏ 'ਤੇ ਲੈ ਕੇ ਆਇਆ ਹਥਿਆਰ ਖੈਰ ਵੀ ਕਿਰਾਇਆ ਪੈਂਦਾ ਇਹਨਾਂ ਦਾ ਆਹ 150 ਰੁਪਏ ਦਾ ਅੱਛਾ ਆਹ ਕਿੰਨੇ ਦਾ ਆਇਆ ਉਹ ਆਹ ਸਾਡੇ 450 ਰੁਪਏ ਮੰਗਦਾ ਤੀ ਮੁੱਠੇ ਸੋਦੇ ਹੈ ਨਹੀਂ ਆਪਦਾ ਲੱਕੜ ਦਾ ਪਵਾਲੇ ਤੁਸੀਂ ਬਹਾਂ ਸੋ ਮੈਂ 300 ਰੁਪਏ ਦਾ ਲਿਆ ਆਹਾ ਉਹ ਹੈ ਆਹਾ ਇਹਦਾ ਲਦਾਖ ਤੋਂ ਲਿਆਂਦਾ ਤੀਗਾ ਇਹ ਸਾਡਾ ਪਿੰਡ ਦਾ ਫੌਜੀ ਤੀਗਾ ਉੱਥੇ ਕੰਮ ਕੁੰਮ ਕਰਦੇ ਹੋਰ ਤਾਂ ਨਹੀਂ ਕੁਛ ਲਿਆਇਆ ਨਾ 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 ਆਹ 3000 ਰੁਪਏ ਦੇ ਆਏ ਨੇ ਮੇਰੇ ਸਾਹਮਣੇ ਚੱਲ ਕੋਈ ਨਾ ਕਰ ਇਹਨਾਂ ਨੂੰ ਅੰਦਰ ਰੱਖ ਦੇ ਜਦੋਂ ਸਰਪੰਚ ਆਇਆ ਆਪਾਂ ਉਦੋਂ ਦੇਖਾਂਗੇ 2 ਦਿਨ ਦਾ ਕਰਾਇਆ ਗਿਆ ਪਾਲਾਂਗੇ ਆਪਾਂ ਉਹਨੂੰ ਹੈ ਪਾਲਾਂਗੇ 2 ਦਿਨ ਦੇ ਵਿੱਚ ਵਿੱਚ ਲੱਭਣਾ ਪਊਗਾ ਉਹ ਖੁੱਚ ਵੱਡਾਂਗੇ ਉਹਦੀ ਖੁੱਚਾ ਖੁੱਚ ਤਾਂ ਇਹਦੇ ਨਾਲ ਵੱਢੀ ਜਾਊਗੀ ਬਹੁਤ ਰੈਲਾ ਵੱਢਦਾ ਇਹ ਮੈਂ ਪ੍ਰੀਤ ਨੂੰ ਬੁਲਾਉਣਾਗਾ ਜਾ ਬੁਲਾ ਫਿਰ ਜਾ ਬੁਲਾ ਛੇਤੀ ਬੁਲਾ ਪੱਕੇ ਨਾਮ ਤੋਂ ਬੁਲਾਉਣਾ ਪਿਆਰ ਨਾਲ ਜਾ ਭੱਜ ਕੇ ਬੁਲਾ ਜਸਨੀਤ ਸੁੱਤੀ ਨਾ ਪਈ ਹੋਵੇ ਜਸਨੀਤ ਹਾਂਜੀ ਉਰੇ ਆਓ ਛੋਟਾ ਦੇਖੋ ਡੀਅਰ ਬ੍ਰਦਰ ਆਇਆ ਸਤਿ ਸ੍ਰੀ ਅਕਾਲ ਕੋਈ ਨਾ ਗੱਲ ਲੱਗ ਕੇ ਮਿਲ ਲਾ ਗੱਲ ਲੱਗ ਕੇ ਹਰਖ ਕਰੂ ਕਰਦਾ ਹੁਣ ਹੈ ਤੂੰ ਥੱਲੇ ਬੈਠਾ ਪਾਣੀ ਪੂਣੀ ਲੈ ਕੇ ਚਾਹ ਕਰ ਲੋ ਬੜੇ ਸਰੋਂ ਦਾ ਤੇਲ ਗਰਮ ਕਰ ਲੈ ਸਰੋਂ ਦਾ ਤੇਲ ਕਾਦੇ ਵਾਸਤੇ ਇਹਨਾਂ ਦੇ ਲਾਉਣਾ ਜਾਂ ਮੈਂ ਖੁੱਚ ਵੱਢਣੀਆਂ ਕੀ ਬੈਰੀਆਂ ਦੀ ਜਿਹੜੇ ਬੈਰੀ ਜਿਹੜੇ ਨਾਗ ਪਾਲ ਰੱਖੇ ਨੇ ਘਰੇ ਹੈ ਭੈਣ ਨੂੰ ਪਤਾ ਉਹ ਪਿੱਛੋਂ ਵਿੱਚ ਪਤਾ ਵੀ ਸਰਪੰਚ ਦੀ ਖੁੱਚ ਵੱਢਣਗੇ ਸਰਪੰਚ ਨੂੰ ਪਾਲਾਂਗੇ ਆਪਾਂ ਮੇਰੇ ਸਿਰ ਤੇ ਹੱਥ ਰੱਖਦੇ ਮੇਰੇ ਸੈਂਸਾ ਦੇ ਦੇ ਥਾਪਣਾ ਲੈ ਲੈ ਹੁਣ ਸੈਂਸਾ ਦਾ ਤਾਂ 1000 ਰੁਪਇਆ ਲਵਾਤਾ ਕੋਈ ਨਾ ਪੈਸੇ ਤੇਰੇ ਤਨਖਾਹ ਚੋਂ ਦੇ ਦੂੰ ਪਰ ਸਰਪੰਚ ਸੁੱਕਾ ਨਾ ਲੰਘ ਜਾਏ ਨਾ ਨਾ ਜੇ ਬੈਲੀ ਕਹਾਉਣਾ ਨਾ ਤੂੰ ਜਿਹੜਾ ਆਹਾ ਨਾ ਆਹਾ ਨਹੀਂ ਛੱਡਦਾ ਹੈਗਾ ਬਸ ਠੀਕ ਇਹ ਐਂ ਜੇ ਬੱਗ ਬਗਾਉਣਾ ਵੀ ਮਾਰਾਂਗੇ ਆਪਾਂ ਹੈ 3 ਇੰਚ ਘੁੱਬਦਾ ਇਹ ਆਹਾ ਮੇਰਾ ਬੀਪੀ ਘਟਦਾ ਇੰਨਾ ਜਾਂਦਾ ਹੈ ਅੰਦਰ ਚਾਹ ਕਰ ਲੈ ਹੁਣ ਐ ਕਰੀ ਹਾਂ 2 ਦਿਨ ਰਹਿਣਾ ਆ ਕਿਰਾਇਆ ਪੈ ਜੂ ਇਹਨਾਂ ਦਾ ਕੋਈ ਨਾ ਕਿਰਾਇਆ ਤਾਂ ਮਾਫੀ ਦੇ ਦੇ ਸਰਪੰਚ ਚੱਕਣਾ ਆਪਾਂ ਮੇਰਾ ਸਾਰਾ ਜਿਹੜਾ ਪੰਜ ਦਾ ਚੱਕ ਲਾਂਗੇ ਆਪਣੇ ਤੁਸੀਂ ਮਾੜਾ ਜਿਹਾ ਕੁੜੀ ਨੂੰ ਵੀ ਸਮਝਾਓ ਆਪਦੀ ਨੂੰ ਕਿਉਂ ਹੈ ਕਿਉਂ ਆਈ ਆ ਬਸ ਵੀ ਮੈਨੂੰ ਘਰ ਚ ਥਵਾਕ ਬਣਾ ਰਹੇ ਉਹ ਨਹੀਂ ਕੋਈ ਗੱਲ ਆ ਅੱਛਾ ਹਾਂ ਧਰਦੇ ਨੂੰ ਮੈਂ ਦੇਖਦਾ ਹਵਲਾ ਮੈਂ ਕਿਹਾ ਨਾ ਨਾ ਤੇ ਮੇਰੀ ਗੱਲ ਸੁਣ ਮੈਂ ਉਹਨਾਂ ਨੂੰ ਦੱਸਦੀ ਵੀ ਮੈਂ ਤੇਰਾ ਐਂ ਕਰਕੇ ਹੈਲਪ ਕਰਨਾ ਹੈਗਾ ਚੰਗਾ ਹਾਂ ਮੈਂ ਕੁਛ ਨਹੀਂ ਸਾ ਮੈਂ ਸਕੂਲ 'ਚ ਇੱਕ ਮੁੰਡਾ ਮਾਰਤਾ ਸੀਗਾ ਅੱਛਾ ਮੁੰਡਾ ਮਾਰਿਆ ਸੀ ਉਹਦੇ ਘਰ 'ਚ ਮੈਂ ਬਸ ਤੂੰ ਆਪਦੇ ਲਈ ਰੱਖੀ ਆਪਦੇ ਲਈ ਰੱਖੀ ਹੱਥ ਜੋੜਦਾ ਸੈਂਸਾ ਸੈਂਸਾ ਤਾਂ ਕੋਈ ਨਾ ਟੈਨਸ਼ਨ ਨਾ ਲੈ ਤੂੰ ਐਂ ਕਰ ਕੱਪੜੇ ਲੀੜੇ ਬਦਲ ਲੈ ਫਿਰ ਲਾਉਣੇ ਆਗੇ ਤੇਲ ਇਹਨਾਂ ਨੂੰ ਬਸ ਠੀਕ ਮੇਰੀ ਗੱਲ ਸੁਣਾ ਤੂੰ ਅੰਦਰ ਰੱਖ ਕੇ ਮੜਾ ਜਾ ਮੜਿਆ ਤੂੰ ਵੀ ਪਿੜਕ ਰੱਖੀ ਸਰਪੰਚ ਦੀ ਠੀਕ ਆ ਨਾਲੇ ਤਾਂ ਪਿੰਡ 'ਚ ਚੇਕਰ ਮਾਰ ਕੇ ਆਉਣਾ ਨਾ ਨਾ ਪਿੰਡ 'ਚ ਨਾ ਜਾਈ ਹਜੇ ਪਤਾ ਲੱਗ ਜੂ ਨਹੀਂ ਫਿਰ ਮੈਂ ਮੇਰੇ ਚਾਚੇ ਲਵੇ ਜਾ ਕੇ ਹਾਂ ਉਹਦੇ ਲਵੇ ਬੈਠਿਆ ਬੰਦਾ ਹੈ ਉਹਦੇ ਲਵੇ ਬੈਠਿਆ ਬਸ ਠੀਕ ਹੈ ਅੰਦਰ ਧਰਦਾ ਹਾਂ ਗਰਮ ਕਰਕੇ ਤੇਲ ਲਾ ਦੇ ਇਹਨਾਂ ਦੇ ਹਾਂ ਹਾਂ ਸੈਣੀ ਨਾਲ ਦਾ ਨਾ ਕੁੱਟ ਦਾਂਗੇ ਥੋੜੇ ਨਾਲ ਬਸ ਫਿਰ ਠੀਕ ਹੈ ਚਾਹ ਨਾ ਤਰਿਓ ਚੰਗਾ ਹਾਂ ਅੱਛਾ ਸੁੱਤਾ ਮੈਂ ਓਏ ਅੱਗੀ ਮੈਂ ਆਹੋ ਤੂੰ ਕਿੱਧਰ ਬਸ ਮਿਲਣ ਲੱਗ ਗਿਆ ਤੈਨੂੰ ਤੂੰ ਕਦੋਂ ਆ ਗਿਆ ਹੁਣੀ ਆਇਆ ਸੀਗਾ ਹੈ ਹੁਣੀ ਆਇਆ ਸੀਗਾ ਇਹ ਕੀ ਕਹਿੰਦਾ ਸੌਂ ਜਾ ਚੱਲ ਤੂੰ ਮੈਂ ਜਾਣਾ ਕੋਈ ਨਾ ਹੁਣ ਤਾਂ ਖਰਾਬ ਕਰਤੀ ਨੀਂਦ ਬਹਿ ਜਾ ਮੰਮੀ ਠੀਕ ਆ ਤੇਰੀ ਹੈ ਰਵਾਪਾ ਆਪਾ ਵੀ ਠੀਕ ਹੈ ਤੂੜੀ ਤਾੜੀ ਕਰ ਲਈ ਪਤਾ ਨਹੀਂ ਮੈਂ ਤਾਂ ਕੁੱਤਾਂ ਦੀ ਬਾਜੀ ਤੇ ਸੀਗਾ ਆਇਆ ਸੀਗਾ ਸੱਦਾ ਅੰਦਰ ਦਾ ਕੰਮ ਕਾਰ ਦਾ ਵੀ ਪਤਾ ਕਰ ਲਿਆ ਕਰ ਘਰੇ ਕੀ ਚੱਲ ਰਿਹਾ ਕੀ ਨਾ ਤੂੰ ਕਿਵੇਂ ਆਉਣੇ ਹੋ ਗਿਆ ਹੁਣ ਕੱਲ੍ਹ ਪਰਸੋਂ ਤਾਂ ਗਿਆ ਹਜੇ ਆ ਕੇ ਦੁਬਾਰੋ ਫੇਰ ਆ ਗਿਆ ਜ਼ਰੂਰੀ ਕੰਮ ਸੀ ਦੱਸ ਕੀ ਕੰਮ ਹੋ ਗਿਆ ਇਹੋ ਜਿਹਾ ਹੈ ਕੋਈ ਹੈਗਾ ਤੇ ਅੰਡਰਗਰਾਊਂਡ ਕੰਮ ਦੀ ਕੋਈ ਅੱਛਾ ਤੂੰ ਠੀਕ ਆ ਹੁਣ ਮੈਂ ਤਾਂ ਠੀਕ ਹਾਂ ਮੈਨੂੰ ਦਰਦ ਦੁਰਦ ਤਾਂ ਨਹੀਂ ਇੱਥੇ ਠੀਕ ਆ ਅੱਛਾ ਹਾਂ ਖਰਾਕ ਖੁਰਾਕ ਖਾਣੇ ਵਾਰ ਕੋਈ ਨਾ ਲਿਆ ਤੇ ਤੇ ਜੀ ਕੋਣੇ ਮੈਨੂੰ ਕੋਈ ਨਾ ਅੱਛਾ ਆਹੋ ਕਰਮ ਹੁੰਦਾ ਕਬੂਤਰ ਸੇਤੀ ਹੱਡ ਸੰਡ ਜੂ ਤਰੰਗਾ ਖਾ ਲੂਗਾ ਕੋਈ ਨਾ
ਤਾਂ ਬਸ ਠੀਕ ਹੈ ਮੈਂ ਪਤਾ ਲੈਣਾ ਬਹਿ ਜਾ ਬਹਿ ਜਾ ਦੋ ਮਿੰਟ ਕੰਜਰ ਦਾ ਨੀਂਦ ਖਰਾਬ ਕਰਤੀ ਐਡਾ ਸੁਪਨਾ ਰਹਿ ਤੀ ਮੈਨੂੰ ਤਾਂ ਰਾਤ ਨੂੰ ਕੀ ਕਰਦਾ ਹੁੰਦਾ ਤੂੰ ਰਾਤ ਨੂੰ ਰਾਖੀ ਰੱਖਣੀ ਪੈਂਦੀ ਆ ਭਾਈ ਕੀ ਜੀ ਹੁਣ ਕੀ ਦੱਸਾਂ ਤੈਨੂੰ ਮੈਂ ਕਿਹਦੀ ਰਾਖੀ ਰੱਖਣੀ ਪੈਂਦੀ ਆ ਮੈਂ ਭਾਵੇਂ ਤਾਂ ਦੇਖ ਲਾ ਕਿਸੇ ਜਾ ਸੁਪਨਾ ਰਹਿਤੀ ਹੈ ਕਿਸੇ ਜਾ ਗਈ ਮੈਂ ਤਾਂ ਜਣੋਂ ਦੀ ਬੈਠਾ ਪਈ ਹੈ ਐਂ ਪੈਰ ਲਮਕਾਈ ਬੈਠਾ ਥੱਲੇ ਦੋ ਜਵਾਕ ਮੇਰੀ ਗੋਦੀ 'ਚ ਬੈਠੇ ਮੂਰ ਦੀ ਸੱਪ ਲੰਘ ਗਿਆ ਐਂ ਫੜ ਚੱਕ ਕੇ ਜਣੋਂ ਦੀ ਦਰਮੈਸ਼ ਖੁੱਲ ਗਈ ਭਾਈ ਹੈ ਜਣੋਂ ਦੀ ਮੈਂ ਟੋਬੇ ਤੇ ਬੈਠਾ ਜਣੋਂ ਦੀ ਮੈਂ ਘਰੇ ਬੈਠਾ ਐਡਾ ਚੱਡਾ ਮੈਂ ਇਸ ਦਾ ਇੱਕ ਸਾਹ ਤਾਂ ਟੱਪ ਗਿਆ ਇੱਕ ਸਾਹ ਤਾਂ ਖੜਾ ਹੋ ਗਿਆ ਇੱਕ ਸਾਹ ਤਾਂ ਚੱਡੇ 'ਚ ਪੂਰੀ ਗੋਲ ਗੋਲ ਤੀ ਪੂਰਾ ਪੂਰਾ ਜੀ ਮੈਂ ਕਿਹਾ ਭਰਮਾ ਸੱਤ ਗਿਆਰਾਂ ਊ ਮੈਂ ਟੋਬੇ ਤੇ ਬੈਠਾ ਊ ਮੈਂ ਘਰੇ ਬੈਠਾ ਸੱਤਰ ਦਸ ਸੱਤ ਗਿਆਰਾਂ ਜੀਰੋ ਕੀ ਕਰੀ ਜਾਂਦਾ ਇਹ ਹੈਂ ਕੀ ਕਰਦਾ ਸੱਠੇ ਦਾ ਨੰਬਰ ਆਇਆ ਤੀ ਤੂੰ ਤਾਂ ਸੁਪਨੇ 'ਚ ਸੌਂ ਖਾ ਬਈ ਆਹੋ ਤੂੰ ਤੂੰ ਸੱਠੇ ਲਾਉਣਾ ਓਏ ਸੱਠੇ ਲਾਉਣਾ ਮੈਂ ਤਾਂ ਅੱਛਾ ਇਹ ਕੰਮ ਵੀ ਕਰਦਾ ਤੂੰ ਸਾਡੇ ਵਾਲੀ ਭੈਣ ਦਾ ਵਿਆਹ ਜਾ ਕਰਿਆ ਤੀਗਾ ਹਾਂ ਜਸਨੀਤ ਦਾ ਦੋ ਸੱਠੇ ਲਾਏ ਤੀ ਮੈਂ ਅੱਛਾ ਦੋ ਚੀ ਨਵੇੜ ਦਾ ਦੋ ਸੱਠੇ ਲਾਏ ਤੀਗੇ ਨਿਕਲੇ ਦਾ ਘੱਟ ਘੱਟ ਤੇ ਇੱਕ ਤਾਂ ਪੰਜ ਲੱਖ ਦਾ ਨਿਕਲ ਗਿਆ ਤੀਗਾ ਗਲਾਟੀ ਖਾਦੀ ਤੀ ਸੀਕਾ ਬਣ ਗਿਆ ਹਨਾ ਦੋ ਸੀਕਾ ਇੱਕ ਸੌ ਸੋਲਾਂ ਦਾ ਆਇਆ ਤੀ ਨੰਬਰ ਹੁਣ ਕਿੰਨਾ ਤੈਨੂੰ ਇੱਕ ਸਾਤ ਹਨਾ ਸੱਪ ਖੜ ਗਿਆ ਦੋ ਜਵਾਕ ਤੀ ਦੋ ਜਵਾਕ ਦੋ ਏ ਕੇ ਹੋ ਗਏ ਗੋਲ ਚੱਡਾ ਗੋਲ ਚੱਡਾ ਗੋਲ ਜੀਰੋ ਜੀਰੋ ਬਣ ਗਈ ਉਹ ਕਿੰਨਾ ਹੋਗਾ ਸਾਤ ਆ ਏਗਾ ਏਗਾ ਜੀਰੋ ਕਿੰਨਾ ਹੋ ਗਿਆ ਸਾਰਾ ਇਕਹੱਤਰ ਦਸ ਗੱਲਾਂ ਕਰਦੀ ਹੁਣ ਤਾਂ ਮੈਂ ਪਤਾ ਸਾਈਡ ਬਿਜ਼ਨਸ ਕਰਦਾ ਬਦਮਾਸ਼ੀ ਬਦਮੂਸ਼ੀ ਵਾਲਾ ਹੁਣ ਤਾਂ ਮੈਂ ਸਾਡੇ ਹੀ ਲਵਾਉਣਾ ਗਾ ਇੱਥੇ ਆਪਣੇ ਦੜਬੇ ਦੜਬੇ ਮੈਂ ਹੀ ਲਵਾਉਣਾ ਗਾ ਦੜਬੇ ਲੱਗਦਾ ਕਿੱਥੇ ਦੜਬੇ ਜਿਹੜੀ ਉਹ ਆ ਗਈ ਕਿਹੜੀ ਮਾਰਕੀਟ ਆ ਗਈ ਉਹ ਜਿਹ 'ਚ ਸਿਲੰਡਰ ਸਲੂੰਡਰ ਭਰਦੇ ਨੇ ਏਜੰਸੀ ਆ ਜਿਹੜੀ ਤਕੂਨੀ ਮਾਰਕੀਟ ਕਹਿੰਦੇ ਨੇ ਉੱਥੇ ਬਹਿਣਾ ਮੈਂ ਤੂੰ ਤੂੰ ਮੇਰਾ ਲਵਾ ਲਿਆ ਐਵੇਂ ਨਹੀਂ ਲਵਾਉਣਾ ਮੈਂ ਮੇਰੇ ਨਾਲ ਬਗ ਚਲਾ ਮੇਰੇ ਨਾਲ ਬਗ ਚਲਾ ਮੈਂ ਲਾ ਦੂੰ ਤੂੰ ਇਕੱਲਾ ਆ ਜਾ ਤੂੰ ਮੈਂ ਇਕੱਲਾ ਕਿਵੇਂ ਜਾਵਾਂ ਮੈਨੂੰ ਪਤਾ ਨਹੀਂ ਡਾ ਤਾਂ ਨੰਬਰ ਨੰਬਰ ਦੇ ਉੱਥੇ ਚਾਹ ਜੀ ਆ ਜਿਹੜਾ ਸਿਲੰਡਰ ਵਾਲੀ ਏਜੰਸੀ ਹੈਗੀ ਹਾਂ ਉਹਦੇ ਨਾਲ ਚਾਹ ਜੀ ਜਿਹੜਾ ਕੋਖਾ ਬੱਗਾ ਉਹਦਾ ਨਾਮ ਬੱਗਾ ਬੱਗਾ ਬੱਗੇ ਨੂੰ ਕਹਿੰਦੇ ਜਾਂ ਸੱਟਾਂ ਲਾਉਣਾ ਵਾ ਅੱਛਾ ਬੱਗੀ ਨੇ ਵਿੱਚ ਖੰਡੇ ਪਾ ਦੇ ਨੇ ਜਾਣਦਾ ਜਾਣ ਮੈਂ ਹੀ ਤਾਂ ਲਵਾਉਣਾ ਤੈਨੂੰ ਦੱਸੀ ਤਾਂ ਜਾਣਾ ਮੈਂ ਹੀ ਕੱਢਦਾਂਗਾ ਮੈਂ ਜਾਂਦਾ ਫਿਰ ਹੁਣ ਨਹੀਂ ਆ ਮੈਂ ਬੱਗ ਜਾਣਾ ਬੱਗ ਜਾ ਹੁਣ ਨਹੀਂ ਆ ਰਿਹਾ ਮੈਂ ਕਰਦਾ ਮੈਂ ਇਕੱਲਾ ਕਰ ਟਾਈਮ ਕੀ ਹੋ ਗਿਆ ਹੁਣ ਟਾਈਮ ਮੈਨੂੰ ਕੀ ਪਤਾ ਮਤਲਬ ਟਾਈਮ ਦਾ ਹੈ ਢਾਈ ਵਾਲੀ ਬੱਸ ਆ ਲੰਘੀ ਬਣਾ ਮੈਂ ਕਰਦਾ ਹਾਂ ਤੂੰ ਸਾਢੇ ਪੰਜ ਕੋਲ ਜਾ ਸਰਪੰਚ ਨੂੰ ਲੈ ਜਾ ਸਰਪੰਚ ਨੂੰ ਲੈ ਜਾ ਫਿਰ ਹੈਨਾ ਮੈਂ ਸਰਪੰਚ ਨੂੰ ਸਰਪੰਚ ਨੂੰ ਲੈ ਜਾ ਹਾਂ ਕਿੰਨਾ ਦੁਬਾਰਾ ਸੀ ਸੱਤ ਲਿਖ ਕੇ ਦੇ ਦੇ ਮੈਨੂੰ ਕਹਿੰਦਾ ਤੀਗਾ ਮਾਰਕੀ ਕਰ ਸਾਤ ਆ ਇੱਕ ਆ ਇੱਕ ਆ ਜੀਰੋ ਸਾਤ ਆ ਇੱਕ ਆ ਜੀਰੋ ਸਾਤ ਆ ਇੱਕ ਆ ਇੱਕ ਆ ਜੀਰੋ ਕਿੰਨੇ ਦਾ ਲਾਇਆ ਤੂੰ ਮੈਂ ਲਾ ਦੂੰ ਸੌ ਰੁਪਈਆ ਲਾ ਦੂੰ ਨੰਬਰ ਪੱਕਾ ਤੂੰ ਵੱਧ ਦਾ ਲਾ ਦੇ ਡੇਢ ਸੌ ਲਾ ਦੇ ਗੱਗੀ ਖੰਡੀ ਪਾ ਦੀ ਨੰਬਰ ਇੱਥੇ ਹਾਂ ਕਿੰਨੇ ਪੈਸੇ ਨੇ ਤਰਲੇ ਕਰਨਾ ਪੰਤਾਲੀ ਸੌ ਪੰਤਾਲੀ ਸੌ ਦਾ ਲਾ ਦੇ ਭਰੋਸਾ ਦਾ ਰੱਖ ਮੇਰੇ ਤੇ ਜੇ ਮੱਲਾ ਡੁੱਬ ਡੁੱਬ ਕੇ ਮੈਂ ਕੀ ਕਰੂੰ ਮੇਰੇ ਕੋਲ ਤਾਂ 4500 ਆ ਪੈਨਸ਼ਨ ਦੇ ਨੇ ਸਾਰੇ ਉਹ ਡੁੱਬਦਾ ਨਹੀਂ ਤਰੇਗਾ ਅੜੀ ਟਰਸਟ ਮੀ ਯਾਰ ਤੂੰ ਕੀ ਗੱਲਾਂ ਕਰਦਾਂਗਾ ਤੇ ਮੇਰੀ ਗੱਲ ਸੁਣ ਜੋ ਜਾਏਗਾ ਨਾ ਉੱਥੇ ਤੂੰ ਇਹ ਜਿਹੜਾ ਮਣ ਕੇ ਜਾਈ ਉੱਥੇ ਬੜੇ ਬੜੇ ਆਉਂਦੇ ਨੇ ਲੋਕ ਵੱਡੇ ਵੱਡੇ ਘਰਾਂ ਵਾਲੇ ਤੂੰ ਪੱਗ ਪੁੱਗ ਬੰਨ ਕੇ ਸੋਹਣੇ ਕੱਪੜੇ ਕੁੱਪੜੇ ਪਾ ਕੇ ਜਾਈ ਇਹ ਨਾ ਜੀ ਤੂੰ ਮੇਰੇ ਗਏ ਤੂੰ ਹਾਂ ਮੈਂ ਨਾ ਟਾਈ ਲਾ ਜੀ ਮੈਂ ਅੱਛੇ ਜਾਂਦਾ ਹੈਂ ਮੈਂ ਅੱਛੇ ਜਾਂਦਾ ਪੰਜ ਵੱਜਣ ਵਾਲੇ ਨੇ ਤੂੰ ਚੱਲ ਨਾ ਮੈਂ ਨਹੀਂ ਆਉਂਦਾ ਕਿਉਂ ਫਿਰ ਮੈਂ ਉਹਨਾਂ ਨੂੰ ਆਇਆ ਉਹਨਾਂ ਨੂੰ ਆਇਆ ਹੈਗਾ ਵੀ ਮੈਂ ਗਾਂ ਦੀ ਗਾਂ ਬੰਦੇ ਭੇਜ ਦਾਂਗਾ ਮੇਰਾ ਕਮਿਸ਼ਨ ਵੀ ਰੱਖਿਆ ਹੋਇਆ ਉਹਨਾਂ ਨੇ ਪਰ ਮੈਨੂੰ ਕਮਿਸ਼ਨ ਨਹੀਂ ਦਿੰਦੇ ਉਹ ਵੀ ਗਾਂ ਦੀ ਗਾਂ ਕਿਉਂਕਿ ਅਸੀਂ ਨੇ ਬੰਦੇ ਦੋ ਹੀ ਭੇਜਣੇ ਹੁੰਦੇ ਨੇ ਹੁਣ ਤੂੰ ਤੀਜਾ ਬੰਦਾ ਆਊਂਗਾ ਦੋ ਭੇਜ ਤੇ ਸਰਪੰਚ ਨੂੰ ਲੈ ਜਾਣਾ
ਰੋਮਾਂਚ ਦੀ ਆਪਦਾ ਹੋ ਗੱਲ ਕਰ ਲਈ ਮੈਂ ਚੁੰਨ ਲੈ ਜਾਂਦਾ ਮੈਂ ਉਹਨੂੰ ਪਤਾ ਤੜ ਤੜ ਪੇ ਦਾ ਸਾਰਾ ਤੇ ਸਵਾਂਚ ਲੈ ਜਾ ਤੂੰ ਸਵਾਂਚ ਲੈ ਜਾ ਪੰਚ ਚੁੰਨ ਲੈ ਜਾ ਪੰਚ ਚੁੰਨ ਲੈ ਜਾ ਮਰਗ ਲੈ ਜਾ ਹੈਗਾ ਤੇਰੇ ਕੋਲ ਲਾ ਦੇ ਨੰਬਰ ਉਹਦਾ ਮਰਾ ਹੈ ਮੇਰਾ ਚਾਰਜ ਲੱਗਿਆ ਪਿਆ ਯਾਰ ਚਾਰਜ ਲੱਗਿਆ ਪਿਆ ਮੇਰਾ ਮਗਲੇਰ ਕੁਰਿਆ ਹਾਂ ਗਾਹਣਾ ਦੱਸ ਨਹੀਂ ਕਿਸੇ ਨਹੀਂ ਨਹੀਂ ਮੈਂ ਨਹੀਂ ਕਰਿਆ ਭਾਵੇਂ ਦਾ ਕਦੇ ਕੰਮ ਜਾਵਾ ਤਾਂ ਪਹਿਲੀ ਵਾਰ ਤਾਂ ਤੂੰ ਬੇਝਿਜ ਕਰੇ ਤੂੰ ਬੇਝਿਜ ਕਰੇ ਠੀਕ ਹੈ ਨਾ ਆਪਦਾ ਰੀਜ਼ਨ ਤੇ ਕੀ ਬਣ ਜੂਗੀ ਮੈਂ ਸਰਪੰਚ ਕੋਲ ਜਾਣਾ ਸਰਪੰਚ ਨੂੰ ਬੋਲ ਚੱਲ ਠੀਕ ਹੈ ਓਕੇ ਸੌਂ ਜਾ ਹੁਣ ਸੌਣਾ ਤਾਂ ਕਈ ਸੱਤ ਦਿਨ ਨੀਂਦਾਂ ਤਾਂ ਉੱਡਣੀ ਆ ਹੁਣ ਦਲਵੀਰੇ ਨੂੰ ਦੱਸ ਚੱਲ ਠੀਕ ਹੈ ਚਾਚਾ ਮੈਂ ਉਰੇ ਹਾਂ ਬੋੜਾ ਨੂਆ ਤਾਇਆ ਹੈ ਤਾਇਆ ਤਾਇਆ ਤੂੰ ਮੇਰਾ ਅੱਛਾ ਉਹ ਫਿਰ ਮੇਰੇ ਤੁਹਾਨੂੰ ਪਤਾ ਥੋੜ੍ਹੇ ਜਿਹੇ ਬੈਲ ਪੁਣੇ ਜ਼ਿਆਦਾ ਜਿਹੜੇ ਕੇਸ ਕੂਸ ਜੇ ਚੱਲਦੇ ਨੇ ਥੋੜ੍ਹਾ ਦਿਮਾਗ ਅੰਡਰਗਰਾਊਂਡ ਹੋ ਜਾਂਦਾ ਸਰਪੰਚ ਉਹਨੂੰ ਆਪਣੇ ਦਲਵੀਰੇ ਨੂੰ ਨਾ ਦੱਸ ਦੇ ਕਿਤੇ ਉਹਦੇ ਲਵੇ ਆਪਾਂ ਗਾਂ ਗਾਂ ਦੀ ਆਦਤ ਹੈ ਨਹੀਂ ਹੈ ਆਪਣੀ ਕਰਦੇ ਚੱਲ ਠੀਕ ਹੈ ਓਕੇ ਤੂੰ ਮਿਲਣੇ ਆਇਆ ਹਾਂ ਮਿਲਣੀ ਆਈ ਤੀ ਮੈਂ ਮਿਲਣੀ ਆਈ ਤੀ ਕਿ ਦਲਵੀਰੇ ਨੇ ਬੁਲਾ ਲਿਆ ਤੈਨੂੰ ਨਹੀਂ ਨਹੀਂ ਮੈਨੂੰ ਥੋੜ੍ਹਾ ਕੋਈ ਹੋਰ ਕੰਮ ਨੂੰ ਦੱਸਿਆ ਹੈ ਚੱਲ ਚੰਗਾ ਚੰਗਾ ਮੇਰਾ ਸਲਾ ਬਹੁਤ ਆਇਆ ਖਾਸ ਹੀ ਦਿਮਾਗ ਚੱਕੀ ਫਿਰਦਾ ਹੈ ਬਿੰਦੇ 'ਚ ਨੰਬਰ ਬਣਾ ਤਾ ਲੈ ਆ ਗਿਆ ਸਰਪੰਚ ਆ ਗਿਆ ਤਾਇਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਗਿਆ ਤਾਇਆ ਤਿਆਰ ਹੈ ਹੋ ਗਿਆ ਤਾਇਆ ਜਾਣਾ ਦੱਸ ਕਿੱਥੇ ਪਹਿਲਾਂ ਚੱਲੀਏ ਹਾਂ ਚੱਲਦੇ ਹਾਂ ਐਂ ਤਾਂ ਦੱਸ ਜਾਣਾ ਕਿੱਥੇ ਡੱਬੇ ਜਾਣਾ ਡੱਬੇ ਜਾਣਾ ਤਾਇਆ ਤਿਆਰੀ ਤਾਂ ਤੂੰ ਐਂ ਕਰੀ ਆ ਜਿਵੇਂ ਤੂੰ ਜੰਨ ਚੜ੍ਹਨਾ ਹੁੰਦਾ ਹੋਰ ਤਾਂ ਦੇਖ ਬੁੰਡਾ ਖੁੰਡਾ ਲੱਗੀ ਜਾਣਾ ਤੂੰ ਤਾਂ ਜੰਨ ਵਾਲੀ ਕੰਮ ਆ ਮੱਲਾ ਬਾਹਲਾ ਟਾਈਮ ਤਾਂ ਨਹੀਂ ਲਵਾਉਂਦਾ ਗਏ ਤੇ ਆਈ ਮੈਂ ਬਾਪੂ ਨੂੰ ਦਵਾਈ ਦਵਾ ਕੇ ਲਿਆਉਣੀ ਆ ਕੋਈ ਨਹੀਂ ਮੈਂ ਠੀਕ ਆ ਚੱਲ ਹੈ ਮੈਂ ਤੇ ਤੂੰ ਪੈਸੇ ਹੋਰ ਦੱਸ ਨਾ ਨਾ ਤਾਇਆ ਕਮਾਲ ਨਹੀਂ ਨਹੀਂ ਕੋਈ ਚੱਕਰ ਨਹੀਂ ਮੈਂ ਠਾਵਾਂ ਮੈਂ ਫਿਰ ਤੈਨੂੰ ਕੁੱਛ ਜੀ ਖੜ ਜਾ ਖੜ ਜਾ ਇਹ ਲੈ ਹੌਲੀ ਹੌਲੀ ਤਾਇਆ ਹੌਲੀ ਆ ਦੇਖ ਕੇ ਇੱਥੇ ਜੀ ਹੈ ਖੜ ਜਾ ਮੋੜ ਲਾ ਮੋਟਰ ਪਹਿਲਾਂ ਬਹਿ ਜਾ ਤੂੰ ਫੇਰ ਮੋੜ ਹਾਂ ਪਹਿਲਾਂ ਬਹਿ ਜਾ ਚੱਲ ਠੀਕ ਹੈ ਤਾਇਆ ਹਾਂ ਚੱਲ ਹੱਥ ਪਾਲੀ ਤਾਇਆ ਪਾਲੇ 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 ਬੋਚ ਬੋਚ ਕੇ ਬੋਚ ਕੇ ਮੱਲਾ ਬੋਚ ਕੇ ਬੋਚ ਘਬਰਾ ਨਾ ਬੋਚ ਕੇ 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 ਕੋਈ ਨਾ ਟਕਾਈ ਨਾਲੀ ਚੱਲੀ ਕਾਲ ਨਹੀਂ ਕੋਈ ਕਾਲ ਨਹੀਂ ਬੈਰੀ ਅੱਜ ਸੁੱਕਾ ਨਾ ਲੰਘ ਜੇ ਸਾਲਿਆ ਤੂੰ ਦੇਖੀ ਖੂਨ ਦੇ ਪਪਾਰੇ ਚਲਾ ਤੂੰ ਸਾਇੰਸ ਕਹਿੰਦੀ ਹੈ ਵੀ ਅੱਜ ਕਤਲ ਕਰ ਦਿਓ ਟਾਈਮ ਨਾ ਲਓ ਸਾਇੰਸ ਇਹ ਗੱਲ ਕਹਿ ਰਹੀ ਹੈ ਅੱਛਾ ਹਾਂ ਫਿਰ ਤੇਰਾ ਸਾਲਾ ਵੀ ਕਹਿੰਦਾ ਕੀ ਕਹਿੰਦਾ ਵੀ ਜਿਹੜਾ ਉਹ ਟੱਪੀਆਂ ਵਾਲਾ ਪਰਨਾ ਲਈ ਜਾਂਦਾ ਨਾ ਦੁਸ਼ਮਣ ਹਾਂ ਅੱਜ ਤਾਂ ਟੱਕਰੇ ਟੱਕਰੇ ਕਰ ਦੇਣੇ ਅੱਜ ਟੋਕਰੇ 'ਚ ਪਾ ਦੇਣਾ ਸਰਪੰਚ ਸਿਰ 'ਤੇ ਹੱਥ ਰੱਖਦੇ ਮੇਰੇ ਸਾਇੰਸਾਂ ਕਰਦੇ ਮੇਰਾ ਆ ਕੀ ਥੋੜ੍ਹਾ ਜਿਹਾ ਕਰਾਉਣਾ ਹੁੰਦਾ ਤੂੰ ਇਹ ਤਾਂ ਬਸ ਤੇਰਾ ਹੌਸਲੀ ਵਾਲਾ ਹੈ ਚੀਨ ਦੀ ਕੰਧ ਬਣ ਕੇ ਰਹਿ ਮੇਰੇ ਮਗਰ ਬਸ ਫਿਰ ਠੀਕ ਹੈ ਚੱਲੀਏ